Hi guys, well I'm back for the second time in the same day. That's never happened before, but we're doing another live. And yeah, I hope you guys are doing well. I hope your day has gone well. If you guys were watching us earlier, ਤੇ ਜੇ ਤੁਸੀਂ ਨਵੇਂ ਸਾਡੇ ਨਾਲ ਜੁਆਇਨ ਹੋਏ ਆ ਤਾਂ ਤੁਹਾਨੂੰ ਸਵਾਗਤ ਕਰਦੇ ਹਾਂ ਟੂ ਬ੍ਰਿਟਿਸ਼ ਟੀਵੀ ਲਾਈਵ ਲਾਈਵ ਅਸੀਂ ਵੈਸੇ ਬੰਦ ਕਰ ਦਿੱਤੇ ਸੀਗੇ ਵੀ ਹੈਵ ਕਮ ਬੈਕ ਵਿਦ ਦ ਲਾਈਵ ਇਟਸ ਨੋਟ ਗੋਇੰ ਟੂ ਬੀ ਸਮਥਿੰਗ ਦੈਟ ਯੂ ਨੋ ਇਫ ਯੂ ਗਾਇਜ਼ ਲਾਈਕ ਇਟ ਦੈਨ ਵੀ ਵਿਲ ਡੈਫੀਨਿਟਲੀ ਬੀ ਡੂਇੰਗ ਮੋਰ ਸੋ ਯਾ ਆਈ ਡਿਡ ਐਂਡ ਅਪ ਡੂਇੰਗ ਮਾਈ ਹੇਅਰ ਯੈਸ ਸੋ ਨਾਓ ਆਮ ਜਸਟ ਗੋਨਾ ਐਡ ਜਸਾ ਟੂ ਦ ਲਾਈਵ ਨਾਓ ਜਸਾ ਇਜ਼ ਐਕਚੁਅਲੀ ਅ ਨਿਊ ਕਾਈਂਡ ਆਫ ਸਿੰਗਰ and he's only kind of started last year. He is dropping his album, and that's why we are going live with him to kind of talk about it. What has he kind of got? Hi Jessa, how are you? Hanji hanji kiddan bahut wadiya tusi dasso ji kiddan bahut wadiya pehla to main puchna chahungi punjabi de vich gal kariye ja english de vich gal kariye nahi nahi punjabi ji zarur aapa punjabi ji karange ji punjabi de vich okay Jessa, thank you so much ki tusi live aaye ha sade naal hanji hanji ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੀ ਕਰੀਅਰ ਬਾਰੇ ਤੁਹਾਡੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ ਆਈ ਜਸਟ ਵਾਂਟ ਟੂ ਟਾਕ ਅਬਾਊਟ ਜੋ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇੰਡੀਆ ਦੇ ਵਿੱਚ ਚੱਲ ਰਿਹਾ ਹੈ ਉਸ ਦੇ ਬਾਰੇ ਤੁਹਾਡੇ ਵਿਊ ਜ਼ਰੂਰ ਜਾਣਨਾ ਚਾਹਾਂਗੇ ਕਿਉਂਕਿ ਆਈ ਨੋ ਕਿ ਡਿਸਪਾਈਟ ਦਿਸ ਹੋਲ ਥਿੰਗ ਤੁਸੀਂ ਫੇਰ ਵੀ ਸਾਡੇ ਨਾਲ ਆਏ ਹੋ ਇੰਟਰਵਿਊ ਕਰਨ ਸੋ ਤੁਹਾਡੀ ਕੀ ਵਿਊਜ਼ ਨੇ ਕਿ ਕੀ ਚੱਲ ਰਿਹਾ ਹੈ ਇੰਡੀਆ ਦੇ ਵਿੱਚ ਤੁਸੀਂ ਕਿਵੇਂ ਦੇਖ ਰਹੇ ਹੋ ਰਾਈਟ ਨਾਓ ਐਕਚੁਅਲੀ ਜੀ ਜਿੰਨਾ ਕੁ ਅਸੀਂ ਦੇਖ ਰਹੇ ਹਾਂ ਨਾ ਲਾਈਕ ਮੇਨ ਸੋਰਸ ਇੱਥੇ ਆਹੀ ਆ ਲਾਈਕ ਟਿਕਟੌਕ ਵਗੈਰਾ ਸਾਰਾ ਕੁਝ ਆਹੀ ਦੇਖ ਕੇ ਵਜਾ ਕਰਦੇ ਆ ਜਾਂ ਨਿਊਜ਼ ਬਾਕੀ ਨਿਊਜ਼ ਤਾਂ ਜੋ ਆਪਣਾ ਇੰਡੀਅਨ ਮੀਡੀਆ ਆ ਉਹ ਸਹੀ ਨਹੀਂ ਦਿਖਾ ਰਿਹਾ ਜਿੰਨਾ ਕੁ ਮੈਂ ਦੇਖਿਆ ਸੋ ਮੇਨ ਗੱਲ ਇਹ ਹੈ ਕਿ ਉਹ ਕਿਸਾਨੀ ਮੁੱਦਾ ਆ ਹਨਾ ਸੋ ਉਹਦੇ ਵਿੱਚ ਲਾਈਕ ਨਿਊਜ਼ ਚੈਨਲ ਵਾਲੇ ਥੋੜਾ ਧਾਰਮਿਕ ਚੀਜ਼ਾਂ ਨੂੰ ਪਾ ਕੇ ਹਨਾ ਉਹਨੂੰ ਥੋੜਾ ਜਿਹਾ ਬ੍ਰੇਕ ਡਾਊਨ ਕਰਦੇ ਪਏ ਆ ਸੋ ਉਹ ਚੀਜ਼ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਮੇਰੀ ਵੀ ਇਹੀ ਰਿਕੁਐਸਟ ਆ ਤੋਂ ਆਲਮੋਸਟ ਸਾਰਿਆਂ ਦੀ ਇਹੀ ਰਿਕੁਐਸਟ ਆ ਹਨਾ ਤੇ ਆ ਚੀਜ਼ ਨਹੀਂ ਹੋਣੀ ਚਾਹੀਦੀ ਲਾਈਕ ਇਹਦਾ ਬ੍ਰੇਕ ਡਾਊਨ ਨਹੀਂ ਹੋਣਾ ਚਾਹੀਦਾ ਇੱਦਾਂ ਲਾਈਕ ਧਾਰਮਿਕ ਮੁੱਦਿਆਂ ਨੂੰ ਵਿੱਚ ਇਨਵੋਲਵ ਕਰਕੇ ਤਿਆਰੀ ਚੱਲ ਰਹੀ ਹੈ ਇਹ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਗੀਤ ਸੰਗੀਤ ਦਾ ਸ਼ੌਂਕ ਪਹਿਲਾਂ ਤੋਂ ਸੀ ਕੋਈ ਘਰ ਪਰਿਵਾਰ ਦੇ ਵਿੱਚ ਗੀਤ ਸੰਗੀਤ ਦੇ ਨਾਲ ਜੁੜਿਆ ਹੋਇਆ ਹੈ ਤਾਂ ਤੁਸੀਂ ਸ਼ੁਰੂਆਤ ਕੀਤੀ ਹੈ ਜਾਂ ਫਿਰ ਵੈਸੇ ਹੀ ਸ਼ੌਂਕ ਪੈ ਗਿਆ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਲਾਈਕ ਪਰਿਵਾਰ ਤੋਂ ਸਾਡੇ ਤੋਂ ਲਾਈਕ ਕੋਈ ਨਹੀਂ ਹਨਾ ਲਾਈਕ ਏਦਾਂ ਕੋਈ ਸ਼ੌਂਕ ਨਹੀਂ ਵਾਲਾ ਕਿਸੇ ਨੂੰ ਜੀ ਤੇ ਮੈਨੂੰ ਐਕਚੁਅਲੀ ਛੋਟੇ ਹੁੰਦਿਆਂ ਤੋਂ ਹਨਾ 5th ਤੋਂ 6th ਕਲਾਸ ਦੇ ਵਿੱਚ ਮੈਨੂੰ ਸ਼ੌਂਕ ਪੈ ਗਿਆ ਸੀ ਗਾਉਣ ਦਾ ਟੀਵੀ ਤੇ ਦੇਖਣਾ ਕਰਨਾ ਗਾਣੇ ਵਧੀਆ ਲੱਗਣੇ ਕਰਨਾ ਐਕਚੁਅਲੀ ਜੇ ਮੈਂ ਬੜਾ ਛੋਟਾ ਸੀ 4 ਸਾਲ ਦਾ ਸੀ ਜੀ ਸੋ ਉਦੋਂ ਤੋਂ ਮੈਨੂੰ ਗਾਣੇ ਸੁਣਨ ਦਾ ਸ਼ੌਂਕ ਪੈ ਗਿਆ ਸੀ 1 ਸਾਲ ਦਾ ਹਨਾ ਗਾਣੇ ਸੁਣਦਾ ਹੁੰਦਾ ਸੀ ਮੈਂ ਉਹਦੇ ਨੱਚਣਾ ਟੱਪਣਾ ਸੋ ਸਕੂਲ ਦੇ ਵਿੱਚ ਵੀ ਮੈਂ ਇੱਕ ਦੋ ਵਾਰੀ ਪਰਫਾਰਮ ਕੀਤਾ ਤੇ ਉਹ ਹੌਲੀ ਹੌਲੀ ਸ਼ੌਂਕ ਵੱਡਾ ਹੁੰਦਾ 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 ਹਨਾ ਕਾਫੀ ਵੱਡਾ ਹੋ ਗਿਆ ਸੋ 5th-6th ਦੇ ਵਿੱਚ ਮੈਂ ਕਲਾਸ ਸਕੂਲ ਆਪਣੇ ਸਕੂਲ ਦੇ ਵਿੱਚ ਹਨਾ ਗਾਉਣ ਲੱਗ ਪਿਆ ਸੀ ਯਾ 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 ਸੋ ਉੱਥੇ ਮੈਂ ਗਾਉਣ ਲੱਗ ਪਿਆ ਫਿਰ ਹੌਲੀ ਹੌਲੀ ਫਿਰ ਮੈਂ 8th-9th-10th ਇੱਦਾਂ ਇੱਦਾਂ ਸਕੂਲ ਦੇ ਵਿੱਚ ਗਾਉਂਦਾ ਸੀ ਜ਼ਿਆਦਾ ਮੈਂ ਲਾਈਕ ਕਿਤੇ ਸਟੇਜ ਨਹੀਂ ਪਰਫਾਰਮ ਕੀਤਾ ਅੱਜ ਤੱਕ ਮੈਂ ਤੇ ਹੋਪ ਸੋ ਹੁਣ ਛੇਤੀ ਕਰਨਾ ਆਪਾਂ ਤੇ ਗੱਲ ਕਰਦਾ ਪਿਆ ਸੀ ਸੋ ਇੱਦਾਂ ਹੀ ਸ਼ੌਂਕ ਪਿਆ ਮੇਰਾ ਸੋ ਬਾਹਰ ਆ ਕੇ ਜਦੋਂ ਕੈਨੇਡਾ ਆਇਆ ਮੈਂ ਤੇ ਇੱਥੇ ਕੋਈ ਹੋਰ ਚੀਜ਼ਾਂ ਦੇਖੀਆਂ ਸੋ ਉਹਦੇ ਨਾਲ ਮੈਨੂੰ ਲੱਗਾ ਕਿ ਹਾਂ ਮੈਨੂੰ ਕਰਨਾ ਚਾਹੀਦਾ ਆਪਣਾ ਜੋ ਸ਼ੌਂਕ ਹੈ ਇਹਨੂੰ ਪ੍ਰੋਫੈਸ਼ਨ 'ਚ ਬਦਲਣਾ ਚਾਹੀਦਾ ਜੀ 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 ਤੇ ਹੁਣ ਇਸ ਨੂੰ ਹੀ ਫੁੱਲ ਟਾਈਮ ਕਰ ਰਹੇ ਹੋ ਤੁਸੀਂ ਇਹ ਹਾਂਜੀ ਹਾਂਜੀ ਬਿਲਕੁਲ ਤੁਸੀਂ ਹੀ ਫੁੱਲ ਟਾਈਮ ਕਰ ਰਹੇ ਹੋ ਬਿਲਕੁਲ ਹਾਂਜੀ ਫੁੱਲ ਟਾਈਮ 101% ਪਿੱਛੋਂ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਤੇ ਰਾਈਟ ਨਾਓ ਤੁਸੀਂ ਟੋਰਾਂਟੋ ਰਹਿੰਦੇ ਹੋ ਹਾਂਜੀ ਹਾਂਜੀ ਟੋਰਾਂਟੋ ਦਾ ਸਫ਼ਰ ਕਿਵੇਂ ਦਾ ਬਣਿਆ ਕਿਵੇਂ ਬਣਿਆ ਕਿ ਟੋਰਾਂਟੋ ਸਫ਼ਰ ਵਧੀਆ ਬਿਲਕੁਲ ਜੀ ਟੋਰਾਂਟੋ ਸਾਰੇ ਟੋਰਾਂਟੋ ਆਉਣਾ ਚਾਹੁੰਦੇ ਆ ਕਾਫੀ ਜ਼ਿਆਦਾ ਇੰਡੀਆ ਵੀ ਆਪਣੇ ਕਾਫੀ ਜ਼ਿਆਦਾ ਸੱਜਣ ਮਿੱਤਰ ਆ ਜੀ ਸੋ ਟੋਰਾਂਟੋ ਵਧੀਆ ਇੱਥੇ ਪੂਰਾ ਜੀ ਲੱਗਾ ਆਪਣਾ ਪਹਿਲੇ ਦਿਨ ਤੋਂ ਜਦੋਂ ਇੱਥੇ ਆਏ ਆ ਹਨਾ ਸੋ ਦਿਲ ਲੱਗਾ ਪਿਆ ਆਪਣਾ ਪੂਰਾ ਤੇ ਕੰਮ ਕਾਰ ਵੀ ਪਹਿਲਾਂ ਕਾਫੀ ਕੀਤਾ ਪਿੱਛੋਂ ਮੈਂ ਹਰਿਆਣੇ ਤੋਂ ਕਰਨਾਲ ਇੰਡੀਆ ਜੀ 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 ਕਰਨਾਲ ਐਕਚੁਅਲੀ ਜਿਹੜਾ ਮੇਰਾ ਛੋਟਾ ਜਿਹਾ ਟਾਊਨ ਆ ਮੇਰਾ ਇੱਕ ਅਸੰਦ ਯਾ ਸੋ ਉਹ ਮੇਰਾ ਆਪਣਾ ਟਾਊਨ ਆ ਤੇ ਜਿਹੜਾ ਸਾਨੂੰ ਜ਼ਿਲ੍ਹਾ ਲੱਗਦਾ ਹੁੰਦਾ ਸੀ ਉਹ ਸੀ ਕਰਨਾਲ ਜੀ ਤੇ ਫੈਮਿਲੀ ਸਾਰੀ ਉੱਥੇ ਹੀ ਹੈ ਜਾਂ ਫੈਮਿਲੀ ਤੁਹਾਡੀ ਇੱਥੇ ਟੋਰਾਂਟੋ ਤੁਹਾਡੀ ਨਹੀਂ ਨਹੀਂ ਹਲੇ ਅਸੀਂ ਹੋਈਆਂ ਜੀ ਇੱਥੇ ਜੀ ਸੋ ਫੈਮਿਲੀ ਹਲੇ ਇੰਡੀਆ ਨੇ ਉਹਨਾਂ ਨੇ ਵੀ ਛੇਤੀ ਆ ਜਾਣਾ ਬਸ ਹੁਣ ਦੈਟਸ ਨਾਈਸ ਹਾਂਜੀ ਹਾਂਜੀ ਗਾਣੇ ਬਹੁਤ ਜ਼ਿਆਦਾ ਐਕਸੈਪਟ ਕੀਤੇ ਗਏ ਨੇ ਮੈਂ ਕਹਿ ਸਕਦੀ ਹਾਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਆ ਹਾਂਜੀ ਹਾਂਜੀ
ਕਿਵੇਂ ਦਾ ਫੀਲ ਹੋ ਰਿਹਾ ਹੈ? ਕਿਉਂਕਿ ਆਈ ਐਮ ਪ੍ਰੀਟੀ ਸ਼ੋਰ ਕਿ ਜਦ ਤੁਸੀਂ ਇੱਕ ਨਵੀਂ ਇੰਡਸਟਰੀ ਦੇ ਵਿੱਚ ਪੈਰ ਰੱਖਦੇ ਆ, ਬਹੁਤ ਜ਼ਿਆਦਾ ਡਰ ਹੁੰਦਾ ਹੈ ਕਿ ਲੋਕਾਂ ਨੇ ਤੁਹਾਨੂੰ ਅਪਣਾਉਣਾ ਹੈ ਕਿ ਨਹੀਂ ਅਪਣਾਉਣਾ, ਤੇ ਜਦ ਗੀਤ ਵਧੀਆ ਜਾਣ ਲੱਗ ਜਾਂਦੇ ਆ, ਜਦ ਲੋਕੀ ਪਸੰਦ ਕਰਨ ਲੱਗ ਜਾਂਦੇ ਆ, ਹੋਰ ਗੀਤਾਂ ਦੀ ਮੰਗ ਕਰਨ ਲੱਗ ਜਾਂਦੇ ਆ, ਤਾਂ ਇੱਕ ਕਹਿ हाँ ਸਕਦੇ ਆ ਡਰ ਪੈਦਾ ਹੋ ਜਾਂਦਾ ਹੈ ਆਰਟਿਸਟ ਦੇ ਵਿੱਚ ਕਿ ਹੁਣ ਅੱਗੇ ਕੀ ਕਰਨਾ ਹੈ। ਸੋ ਹੁਣ ਤੁਹਾਡਾ ਕੀ ਕਿਹੜੇ ਸਟੇਜ ਤੇ ਹੋ, ਐਜ਼ ਅ ਮਾਈਂਡ ਸਟੇਜ ਤੁਹਾਡੇ जी ਕਿੱਥੇ ਪਹੁੰਚਿਆ ਹੈ, ਕੀ ਖੁਸ਼ੀ ਹੋ स्टेज ਰਹੀ ਹੈ? हाँ लाइक मेरा इदा सी कि मैं सोचता सी कि जे तां हणा लई तां मैं कदी कदी करियर च अपनी फील्ड लाइक अगे नहीं जाना, मतलब कि स्टार्टअप नहीं करना चाहता सी मैं, कि जे पंगा लिया तां मैं हणा सिरे तक लेके जाना, जी या कि मैं जे पंगा लेना हणा इस फील्ड च ते मैं पिछे नहीं हटना ते सिरे तक लेके जाना। सो लाइक यही है कि हर दिन हणा यही करीदा कि नंबर वन ते आपां रहीए, जी 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 या सो आपां कर शुरुआत ओ स्टेज इदा चलदी पई आ। हुण एल्बम आ, इस तो बाद तुहानूं पता लग जूगा भी किदा किदा की चलदा पिया। बहुत वधिया एल्बम आ साडी, काफी ज्यादा जोर लगांदे थे, सो काफी टाइम तो आपां बनाई जांदे सी हना गीत, जी सो काफी टाइम हो गया आपां नूं इहदे कम करदे एल्बम नूं, दी सो जरूर वधिया गल यार। कर दूं, मैनूं पता तुसी बहुत यार आई एम उत्साहित सुपर हो। एक्साइटेड एक्चुअली। जी या आई कैन डेफिनेटली या टेल, ते जिनी भी गल हुई है मेरी थोड़ी मैनेजमेंट टीम दे नाल भी, हाँ ते जी, हाँ पता जी, लग रिहा है कि किन्नी ज्यादा मेहनत लगी है या एल्बम दे विच भी। बट उस तो पहला पहली गीत दी गल करदे हां, उस दी प्लानिंग तो लेके रिलीजिंग तक, उस दी पीआर, उस दी प्रमोशन तो लेके यू नो एवरीथिंग, वो किवें प्रोजेक्ट बनिया? एंड या टेल अस अबाउट दैट। एक्चुअली जी गल इदा सी कि मैं पहला अपने लाइक मेरा इदा म्यूजिक डायरेक्टर ने हना गल बनदी ही नहीं सी, मैं एक तो थां ते पहला गया ते मैनू लाइक नहीं वधिया लगा मैनू, क्योंकि वो ट्रीट नहीं सी वधिया करदे आ किदा भी, लेकिन मैं इदा बंदा कि जो वधिया ट्रीट करेगा हना उहदे नाल वधिया है आपां, जी सब कोई मिसबिहेव दा करदा सो वधिया लगदा। सो मेरी गलबात हुई गुर नाल, सो गुर नाल लाइक मैं जदों बैठा उठिया ते पता लगा हाँ कि यार ही इज टैलेंटेड गाय, सो मैं लगा कि मैं इहदे नाल शुरू कर सकदा ते इहदे नाल आपां लाइक वधिया काम कर सकदे हां। सो लाइक रग मिलदी है हाँ, जदों बंदे नूं उदों ही फील जी हुंदा कि जी हाँ जी हुण आपां कुछ बना सकदे हां वधिया। सो पहला गाना भी इदां ही बन गया, लाइक आपां स्टूडियो सानूं एक दो दिन ही होए सी बैठे नूं हाँ, पहले दिन आपां झांझर गाना बनाया, सो आपां इकट्ठे ही लाइक किन्ने ही सैशन लाए आपां उहनां दिनां दे विच जिहड़े शुरू कीता मैं, जी ते उन्हां विचों दूजे के तीजे दिन प्यार बोलदा बनाया लाइक सॉन्ग है जी ना, काफी काफी ज्यादा उन्हों प्यार मिला, सो फिर तो हमें लग गया कि हुण तो पिछे हटन का कोई नहीं लाइक नो, या सो फियरलेस रहे आप पहले दिन तो, नो वरीज किसी चीज की आप परवाह नहीं की है ना बाली कि इदा कोई नेगेटिव, हाँ नेगेटिविटी भी आती है बट नो आप पॉजिटिव प्यार कर दी बोलना, उन्हें। तुसी मेंशन कीता है प्यार बोलना एक एहो जिहा हाँ जी, गीत हाँ जी, है जो इट्स अ एवरग्रीन सॉन्ग जिन्हों कह सकते हैं, या बहुत ज्यादा एक्सेप्ट किया हाँ गया जी, हाँ है जी, बाहरली ऑडियंस, जिहड़े बाहरले यंगस्टर्स ने उन्होंने बहुत सुने हैं गीत। हाँ जी, हाँ जी, प्यार बोलता तो बाद जिन्हें भी गीत आए ने, आई थिंक एक एक्सपेक्टेशन सी कि प्यार बोलता वर्गा ही गीत आएगा, ये सीगा थोड़ी बिच एक फियर के लाइक ओ वे दा ही लेवल सेट कर दिता है नहीं नहीं ता। ऐदा हुंदा है कि मेरा ऐदा है कि मैं नहीं चाहुंदा कि है ना कोई मैनूं प्यार बोल दे नाम तो कोई जाने है ना कि जैसा लोग, मैं जानना कि है ना मेरा जिहड़ा जिन्ने भी आ गीत होण वो डिफरेंट ही होण, लाइक उहनां च फील ना होवे पुरानी कि हाँ उदां दे करी जांदा या कुछ डिफरेंट करन दी ट्राई करने आपां हर वारी कुछ ना कुछ नवां, सो नवी चीज ज्यादा पसंद आउंदी है, सो नो उदां दी कोई गल नहीं हैगी। ਤੁਸੀਂ ਖੁਦ ਲਿਖਦੇ ਹੋ ਜਾਂ हाँ ਫਿਰ जी, हाँ जी, ਤੇ मैं ਫਿਰ लिखदा भी हाँ, मैं गाउंदा भी ਲਿਖਣਾ हाँ जी, ਸ਼ੁਰੂ ते मैं ਕੀਤਾ ਸੀ ਜਾਂ कंपोज भी ਪਹਿਲਾਂ करदा। ਪਹਿਲਾਂ ਗਾਉਣਾ ਸ਼ੁਰੂ ਕੀਤਾ ਸੀ हाँ ਤੁਸੀਂ जी, ਫਿਰ पहला मैं ਲਿਖਣਾ? गाना शुरू कीता सी यार। ਜੀ, ਤੇ ਇਹ ਲਿਖਣ ਦਾ ਇੱਕ ਲੇਖਕ ਦਾ ਤੇ ਇੱਕ ਆਰਟਿਸਟ ਦਾ, हाँ जी, हाँ ਇੱਕ ਸਿੰਗਰ ਤੇ ਇੱਕ ਲੇਖਕ ਦਾ ਮੈਂ ਕਹਿ ਸਕਦੀ ਹਾਂ ਬਹੁਤ ਜ਼ਿਆਦਾ ਗੂੜਾ ਰਿਸ਼ਤਾ ਹੁੰਦਾ ਆ। जी, हाँ ਸੋ जी, ਤੁਹਾਡਾ ਆਪਣੀ ਲਿਖਣ ਵਾਲੀ ਸਾਈਡ ਦੇ ਨਾਲ, ਲਿਖਣ ਵਾਲਾ ਜਿਹੜਾ ਆਰਟਿਸਟ ਹੈ, ਲਿਖਣ ਵਾਲਾ हाँ ਜੱਸਾ जी, हाँ जी, ਢਿੱਲੋਂ ਜਿਹੜਾ ਆ, ਉਸਦੇ ਨਾਲ ਤੁਹਾਡੀ ਰਿਲੇਸ਼ਨਸ਼ਿਪ ਕਿਵੇਂ ਦੀ ਹੈ? बहुत वधिया जी, बिल्कुल एक नंबर। वो मेरी रिलेशन एक्चुअली बाद बड़ी जब मैं इतने आ कनाडा उदो मेरी लिखन दे नाल थोड़ी ज्यादा वधी, जी ते इंडिया मैनू कल्ला ज्यादा गाउण दा शौक सी एक्चुअली, जो इतने आके चीजा कुछ एवं दी होईयां हां मैनू लगा कि हां पर लिखना भी चाहिए, सो फिर मैं सोचा कि मैं अपना लिखिया ही ज्यादा गाउणा, ट्राई करना कि अपना लिखिया ही मैं परफॉर्म, क्योंकि उहदे च इह हुंदा कि आपां कंपोज जदों आप करदे आ गाना है ना आपां नूं पता हुंदा फील दा या किदां दी फील आ, सो आपां जज कर लैने आ हां सो अच्छा। जब आप लिखण दी गल करदे आ तां हर एक लेखक दे पिछे कोई ना कोई एक कहानी हुंदी है, या किसी दौर दे थ्रू हो गए हुंदे आ, कोई इदां दा समा या आया हुंदा आ हर एक हाँ जी, हाँ जी, कलाकार दे उत्ते,
ਤਾਂ ਲਿਖਣ ਲੱਗਦੇ ਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਵੇਂ ਦਾ ਹੀ ਕੁਝ ਹੋਇਆ ਸੀਗਾ ਜਾਂ ਫਿਰ ਤੁਸੀਂ ਵੈਸੇ ਹੀ ਲਿਖਣਾ ਸ਼ੁਰੂ ਕਰ ਦਿੱਤਾ? ਲਿਖਣ ਦਾ ਸ਼ੌਂਕ ਚ ਐਕਚੁਅਲੀ ਮੈਨੂੰ ਕਾਫੀ ਪਹਿਲਾਂ ਹੀ ਸਕੂਲ ਟਾਈਮ ਤੋਂ ਸੀਗਾ, ਮੈਨੂੰ ਸ਼ੌਂਕ ਸੀ ਹਲਕਾ ਜਿਹਾ ਸ਼ੌਂਕ, ਜਿਹਨੂੰ ਕਹਿੰਦੇ ਆ ਕਿ ਥੋੜੀ ਬਹੁਤ ਸ਼ੇਰੋ ਸ਼ਾਇਰੀ ਕਦੀ ਕਰ ਲੈਣੀ, ਹਨਾ। ਪਰ ਜਦੋਂ ਮੈਂ ਕੈਨੇਡਾ ਆਇਆ ਤੇ ਇੱਥੇ ਆ ਕੇ ਉਹ ਜਿਹੜੇ ਚੀਜ਼ਾਂ ਹੋਈਆਂ, ਬਸ ਤੈਨੂੰ ਹੁਣ ਸਟਰਗਲ ਕਹਿ ਲਓ ਜਾਂ ਥੋੜਾ ਔਖਾ ਟਾਈਮ ਕਹਿ ਲਓ ਬੰਦੇ ਦਾ, ਹਨਾ, ਔਖਾ ਟਾਈਮ ਹਰ ਬੰਦੇ ਦੇ ਆਉਂਦਾ, ਕਹਿੰਦੇ ਦੇ ਨਹੀਂ ਆਉਂਦਾ। ਜੀ ਸੋ ਇੱਥੇ ਆ ਕੇ ਜਦੋਂ ਬੰਦਾ ਆਉਂਦਾ ਇੱਕ ਵਾਰੀ ਸਾਰਾ ਘਰ ਬਾਰ ਛੱਡ ਕੇ ਬਿਲਕੁਲ, ਹਨਾ, ਸਭ ਕੁਛ ਇੱਕ ਵਾਰੀ ਬੰਦਾ ਕਿ ਇੱਥੋਂ ਬਿਗਨਰ ਆਪਾਂ ਦੁਬਾਰਾ ਤੋਂ ਸ਼ੁਰੂ ਕਰਨੀ ਜਿੰਦਗੀ ਇੱਕ ਹਿਸਾਬ ਦੀ, ਜੀ 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 ਤੇ ਉੱਥੇ ਫਿਰ ਬੰਦੇ ਨੂੰ ਨਾ ਥੋੜਾ ਇਮੋਸ਼ਨਲ ਟਾਈਪ ਜਿਹਾ ਬੰਦਾ ਹੋ ਜਾਂਦਾ, ਕਿਉਂਕਿ ਇੰਡੀਆ ਬੰਦਾ ਬੇਖਬਰ ਜਿਹਾ ਰਹਿੰਦਾ, ਹਨਾ, ਕੋਈ ਚੱਕਰ ਨਹੀਂ ਹੁੰਦਾ, ਇੰਡੀਆ ਘਰ ਦੇ ਹੁੰਦੇ ਆ ਨਾਲ ਸਾਰਾ। ਸੋ ਇੱਥੇ ਆ ਕੇ ਥੋੜਾ ਜਿਹਾ ਇਮੋਸ਼ਨਲ ਟਾਈਪ ਦਾ, ਫਿਰ ਮੈਂ ਇਮੋਸ਼ਨ ਲਿਖਣੇ ਸ਼ੁਰੂ ਕੀਤੇ ਪਹਿਲਾਂ ਆਪਣੇ। ਜੀ ਸੋ ਇਮੋਸ਼ਨ ਕਦੋਂ ਕਦੋਂ ਲਾਈਕ ਹੁਣ ਜ਼ਿਆਦਾ ਆਪਾਂ ਬੀਟ ਸੌਂਗ ਵੀ ਕਰਦੇ ਹਾਂ, ਹਨਾ, ਕਾਫੀ। ਸੋ ਇਮੋਸ਼ਨਲ ਟੂ ਬੀਟ ਸੌਂਗ ਦੇ ਵੀ ਆਪਾਂ ਆ ਗਏ ਹੌਲੀ ਹੌਲੀ ਕੰਮ ਕਰਕੇ। Just I do want to hear is to pehla ki apa agle galla main puchha galla kariye I want to hear the track pyar bolda main pyar bolda zarur I mean like the jinne vi baithe hoye ne apan nu dekh vi rahe ne oh vi sunna zarur chahunge so tusi zarur do line sade li sir tera pyar bolda hai jatta chad ke naal mere gall kar kol mere khad ke kaalyan nena ch akhan laal pa ke dekh lae jaan meri nikle dnali teri pad ke sir tera pyar bolda hai jatta chad ke tu bada mashhoor ve nirai tu noor ve mittha bada lagda koor da surur ve raaj te hon na khatam le ja dur ve sun mere vailiya main hoyi ਰੁਕ ਰੁਕ ਸਾ ਚੱਲ ਦੇ ਇਸ਼ਕ ਵਿੱਚ ਵੜ ਕੇ That's very nice, very very nice. Pyar Bolda, one of my favorite songs. I think jinna assi play kita hovega, I think gaddiyan de vich haje tak vi assi play karde te ohi vibe aundi aa. Mainu actually apna jara sad song kafi jara pasand aa, main sad song tanu ਫਿਰ ਕਦੀ ਆਪਾਂ ਯੂਕੇ ਆਏ ਸ਼ੋਅ ਲਾਏ ਫਿਰ ਤੁਹਾਨੂੰ ਸਾਰੇ ਸੁਣਾਵਾਂਗੇ ਆਪਾਂ ਸੈਡ ਸੌਂਗ। ਮੈਨੂੰ ਤੁਹਾਡੀ ਸੈਡ ਸੌਂਗ ਵੈਸੇ I'm not gonna lie, minu thode sad song thode se zyada pasand ne minu bhi haan ji basically sad song udda bhi zyada pasand aunde ne but thode sad songs bhi bahut badhiya hunde ne and I loved ek tusi track ki tasi surma वैसे उतना sad nahi si it was like a sad romantic oh bahut yeah par main sunna chahungi thoda ja later on haje nahi okay koi nahi main thonu just kahwa ta thonu koi problem ta nahi main just kehwa ਦੱਸੇ ਗੱਲ ਵਧੀਆ ਜੀ ਅੱਛਾ ਠੀਕ ਆ ਯਾ ਤੁਸੀਂ ਜਦ ਬਿਗਿਨਿੰਗ ਕੀਤੀ ਹੈ ਤਾਂ ਹਰ ਇੱਕ ਕਲਾਕਾਰ ਜਦ ਬਿਗਿਨ ਕਰਦਾ ਹੈ ਤਾਂ ਕੋਈ ਨਾ ਕੋਈ ਸਟਰਗਲ ਇੰਡਸਟਰੀ ਤੋਂ ਜ਼ਰੂਰ ਮਿਲਦੀ ਹੈ ਇਹ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਜਦ ਕੋਈ ਨਵਾਂ ਕਲਾਕਾਰ ਉੱਠਦਾ ਹੈ ਤਾਂ ਉਹ ਹਮੇਸ਼ਾ ਇਹੀ ਕਹਿੰਦਾ ਹੈ ਕਿ ਇੰਡਸਟਰੀ ਦੇ ਵਿੱਚੋਂ ਕੋਈ ਸਪੋਰਟ ਨਹੀਂ ਮਿਲੀ ਪਰ ਹਾਂ ਜਦੋਂ ਅਸੀਂ ਇੱਕ ਵਾਰ ਇੱਕ ਗਾਣਾ ਵਧੀਆ ਦੇ ਦਿੱਤਾ ਤਾਂ ਬਹੁਤ ਜ਼ਿਆਦਾ ਅਪਰੋਚਿਸ ਆਉਣ ਲੱਗ ਜਾਂਦੇ ਵੱਡੇ ਕਲਾਕਾਰ ਵੱਡੇ ਡਾਇਰੈਕਟਰਸ ਵੱਡੇ ਪ੍ਰੋਡਿਊਸਰ ਤੁਹਾਡੇ ਨਾਲ ਇਨਵੋਲਵ ਹੋਣ ਲੱਗ ਜਾਂਦੇ ਆ ਤੁਹਾਨੂੰ ਇਨਕੁਆਇਰੀਜ਼ ਆਉਣ ਲੱਗ ਜਾਂਦੀਆਂ ਹੈ ਉਹ ਐਕਸਪੀਰੀਅੰਸ ਤੁਹਾਡਾ ਕਿਵੇਂ ਰਿਹਾ ਉਹ ਗੱਲ ਇਦਾਂ ਕਿ ਮੈਂ ਲਾਈਕ ਇਦਾਂ ਦਾ ਬੰਦਾ ਕਿ ਮੈਂ ਸੋਚਿਆ ਕਿ ਹਨਾ ਜਿੱਦਾਂ ਸ਼ੁਰੂ ਕਰਨਾ ਆਪਾਂ ਸੋ ਉਹਦੇ ਨਾਲ ਹੀ ਆਪਾਂ ਅੱਗੇ ਜਾਣਾ ਸੋ ਮੈਂ ਸ਼ੁਰੂ ਕੀਤਾ ਸੀ ਆਪਣੀ ਟੀਮ ਨਾਲ ਹਨਾ ਬ੍ਰਾਊਨ ਟਾਊਨ 뮤직 ਜੀ ਸੋ ਆਪਾਂ ਤਿੰਨ ਬੰਦਿਆਂ ਨੇ ਕੰਮ ਸ਼ੁਰੂ ਕੀਤਾ ਤੇ ਅਪਰੋਚਿਸ ਹਨਾ ਉਹ ਤਾਂ ਆਉਂਦੇ ਹੀ ਹੁੰਦੀਆਂ ਹਨਾ ਹਰੇਕ ਉਹ ਇੱਕ ਬੇਸਿਕ ਜੀ ਚੀਜ਼ ਆ ਹਰੇਕ ਬੰਦੇ ਨੂੰ ਅਪਰੋਚ ਕਰਦਾ ਜਦੋਂ ਕੋਈ ਇੱਕ ਬੰਦਾ ਆਰਟਿਸਟ ਹਨਾ ਉਭਰਦਾ ਤੇ ਉਹਨੂੰ ਹਰ ਬੰਦਾ ਅਪਰੋਚ ਕਰਦਾ ਜੀ ਇੰਡਸਟਰੀ ਮੈਂ ਲੇਟਰ ਆਨ ਵੀ ਇਹ ਕੁਐਸਚਨ ਪੁੱਛਾਂਗੀ ਵੈਸੇ ਬਟ ਕੁਝ ਇੱਕ ਨਵੀਂ ਵੇਵ ਆਈ ਹੈ ਜੋ ਕਿ ਸਾਰੇ ਫੋਲੋ ਕਰ ਰਹੇ ਨੇ ਓਕੇ ਸੋ ਤੁਸੀਂ ਹੱਥ ਚਲਣਾ ਚਾਹੁੰਦੇ ਹੋ ਜਾਂ ਤੁਸੀਂ ਨਾਲ ਚਲਣਾ ਚਾਹੁੰਦੇ ਹੋ ਐਕਚੁਅਲੀ ਗੱਲ ਇਦਾਂ ਹੁੰਦੀ ਹੈ ਕਿ ਹਰ ਆਰਟਿਸਟ ਦੀ ਆਪਣੀ ਡਿਫਰੈਂਟ ਉਹ ਹੁੰਦੀ ਆ ਲਾਈਕ ਉਹਦੀ ਟੋਨ ਕਹਿ ਲਓ ਉਹਦਾ ਲਿਖਣ ਦਾ ਇੱਕ ਤਰੀਕਾ ਕਹਿ ਲਓ ਹਨਾ ਸੋ ਹਰੇਕ ਆਰਟਿਸਟ ਦੀ ਡਿਫਰੈਂਟ ਹੁੰਦੀ ਆ ਮੈਂ ਨਹੀਂ ਮੰਨਦਾ ਕਿ ਹਰੇਕ ਆਰਟਿਸਟ ਦੀ ਸੇਮ ਹੁੰਦੀ ਆ ਕੁਛ ਨਾ ਕੁਛ ਡਿਫਰੈਂਟ ਹੀ ਹੁੰਦਾ ਹਰ ਆਰਟਿਸਟ ਦਾ ਸੋ ਉਹ ਇੰਡਸਟਰੀ ਦੇ ਵਿੱਚ ਕੰਮ ਕਰਦਾ ਸੋ ਇਹ ਨਹੀਂ ਹੁੰਦਾ ਕਿ ਇੰਡਸਟਰੀ ਦੇ ਨਾਲ ਚੱਲਣਾ ਜਾਂ ਨਾਲ ਚੱਲ ਮਤਲਬ ਅੱਡ ਹੋ ਕੇ ਚੱਲਣਾ ਉਹ ਇੱਕ ਗਾਣੇ ਹੀ ਹੁੰਦੇ ਆ ਹਨਾ ਗਾਣੇ ਦੀ ਹੀ ਉਹ ਹੁੰਦੀ ਆ ਇੱਕ
ਵੀ ਗਾਣਾ ਕਿੱਦਾਂ ਆਇਆ, ਕੋਈ ਇੰਡਸਟਰੀ ਦੇ ਨਾਲ ਚੱਲਣਾ ਜਾਂ ਨਹੀਂ ਚੱਲਣਾ, ਇਹ ਕੋਈ ਦਗਾ ਲਾਈਕ ਮੈਨੂੰ ਲੱਗਦਾ ਨਹੀਂ ਕੁਛ ਜੀ। ਸੋ ਯਾਰ। ਜੱਸਾ ਢਿੱਲੋਂ ਆਪਣੀ ਲਿਖਾਈ ਲਈ ਅਤੇ ਆਪਣੀ ਗੀਤਾਂ ਲਈ ਪਛਾਣਿਆ ਜਾਵੇ, ਇਹ ਤੁਸੀਂ ਹਾਂਜੀ ਚਾਹੁੰਦੇ ਹੋ? ਹਾਂਜੀ 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 ਬਿਲਕੁਲ ਯਾਰ, ਬਿਲਕੁਲ ਇੰਡਸਟਰੀ ਨਾਲ ਆਪਾਂ ਕੰਮ ਕਰਨਾ ਆ, ਲਾਈਕ ਆਪਾਂ ਹੋਰ ਲੋਕਾਂ ਹੋਰ ਆਰਟਿਸਟ ਨਾਲ ਵੀ ਕੰਮ ਕਰਨਾ ਹੈ ਨਾ, ਸੋਰੀ ਜੀ, ਦੈਟਸ ਮਾਈ ਫੋਨ, ਸੋਰੀ। ਯਾ। ਸੋ ਆਪਾਂ ਇੰਡਸਟਰੀ ਦੇ ਵਿੱਚ ਰਹਿ ਕੇ ਕੰਮ ਕਰਨਾ ਆ, ਬਟ ਇਦਾਂ ਕਰਨਾ ਆ ਕਿ ਆਪਾਂ ਕੁਝ ਹਟ ਕੇ ਲੈ ਕੇ ਆਈਏ ਚੀਜ਼ਾਂ, ਹੈ ਨਾ। ਜੀ। ਸੋ ਹੁਣ ਆਪਾਂ ਗੱਲ ਕਰਦੇ ਹਾਂ ਥੋੜੀ ਐਲਬਮ ਦੀ। ਐਲਬਮ ਦੀ ਬਿਲਕੁਲ ਸ਼ੁਰੂਆਤ ਤੁਹਾਡੀ ਹੋ ਗਈ ਹੈ, ਤੁਹਾਡਾ ਪੋਸਟਰ ਵੀ ਆ ਗਿਆ ਹੈ ਐਲਬਮ ਤੇ। ਬਿਲਕੁਲ ਕਿੰਨੀ ਬਿਲਕੁਲ ਈਪ ਨੇ, ਕਦੋਂ ਰਿਲੀਜ਼ ਹੋਵੇਗੀ? ਹੁਣ ਮੈਨੂੰ ਪਤਾ ਹੈ ਕਿ ਤੁਹਾਡੀ ਟੀਮ ਨੇ ਇਹ ਮੈਂਸ਼ਨ ਕੀਤਾ ਹੈ ਅੰਦੋਲਨ ਦੇ ਕਰਕੇ, ਤੁਸੀਂ ਜਿੰਨਾ ਟਾਈਮ ਅੰਦੋਲਨ ਦੇ ਵਿੱਚ ਕੁਝ ਸੁਧਾਰ ਨਹੀਂ ਆਉਂਦਾ ਉਨਾ ਤੱਕ ਤੁਸੀਂ ਵੇਟ ਕਰੋਗੇ? ਡੇਟ ਤਾਂ ਨਹੀਂ ਫਿਕਸ ਕੀਤੀ ਕੋਈ ਆਪਾਂ ਹਲੇ, ਹੈ ਨਾ। ਜੀ ਫੈਬਰੀ ਦੇ ਵਿੱਚ ਆਪਾਂ ਫਸਟ ਵੀਕ ਜਾਂ ਸੈਕੰਡ ਵੀਕ ਦੇ ਵਿੱਚ ਆਪਾਂ ਕੁਛ ਨਾ ਕੁਛ ਮੇ ਬੀ ਗਾਣਾ ਪਹਿਲਾਂ ਕਰੀਏ, ਐਲਬਮ ਕਿੱਦਾਂ ਕੋਈ ਹਲੇ ਉਵੇਂ ਪਲਾਨ ਹੀ ਹੈਗਾ। ਹਾਂ ਬਟ ਆਪਣੇ 2 ਕੁ ਵੀਕ ਦੇ ਵਿੱਚ ਵਿੱਚ ਕੁਛ ਨਾ ਕੁਛ ਆ ਰਿਹਾ ਵਧੀਆ ਜੀ ਉਦੋਂ ਜੀ ਪਹਿਲਾਂ ਹੀ। ਐਲਬਮ ਬਟ ਕਿਵੇਂ, ਇੱਦਾਂ ਚਾਹੁੰਦੇ ਹਾਂ ਕਿ ਕੌਣ ਆਪਾਂ ਕੌਣ ਇਨਵੋਲਵ ਸਭ ਆ? ਸ਼ਾਂਤੀ ਹੋਵੇ, ਹੈ ਨਾ। ਜੀ ਆਪਣਾ ਜੋ ਮੁੱਦਾ ਚੱਲਦਾ ਪਿਆ ਕਿਸਾਨਾਂ ਦਾ, ਆਪਣਾ ਸਾਡਾ ਹੀ ਆਪਣਾ ਹੀ ਆ, ਸੋ ਉਹ ਸ਼ਾਂਤ ਹੋਵੇ ਤਾਂ ਵਧੀਆ ਆ, ਕਿਉਂਕਿ ਫਿਰ ਲੋਕ ਜ਼ਿਆਦਾ ਹੈ ਨਾ ਇੰਜੋਏ ਕਰਨਗੇ, ਇੰਜੋਏ ਕਰਨ ਦਾ ਮੂਮੈਂਟ ਹੋਏਗੀ ਲੋਕਾਂ ਲਈ। ਜੀ। ਇਹ ਹੁਣ ਥੋੜੇ ਜਿਹੇ ਉਹ ਲਾਈਕ ਸਹੀ ਨਹੀਂ ਹੈਗਾ, ਸੋ ਸਾਨੂੰ ਵੀ ਫੀਲ ਨਹੀਂ ਵਧੀਆ ਨਹੀਂ ਲੱਗਦਾ ਕਿ ਇਦਾਂ ਵਿੱਚ ਇਹਦੇ ਗਾਣੇ ਕਰਨੇ ਜੀ ਮੁੱਦੇ ਦੇ ਵਿੱਚ ਚੱਲਦੇ ਹੋਏ ਦੇ। ਆਫ ਕੋਰਸ, ਤੇ ਇੱਕ ਯਾ ਬਹੁਤ ਹੀ ਸੋ ਬਾਬਾ ਖਾਸੀਅਤ ਕਰੇ ਹੈ। ਕਿ ਛੇਤੀ ਛੇਤੀ ਠੀਕ ਹੋ ਜਾਏ ਤਾਂ ਆਪਾਂ ਛੇਤੀ ਛੇਤੀ ਵਧੀਆ ਗਾਣੇ ਲੈ ਕੇ ਆਈਏ। ਜੀ। ਇਸੇ ਗੱਲ ਹਾਂਜੀ ਤੇ ਆਪਣੀ ਇੰਡਸਟਰੀ ਦੀ ਇੱਕ ਖਾਸੀਅਤ ਹੈ ਕਿ ਯਾ ਹਮੇਸ਼ਾ ਹੀ ਪਹਿਲਾਂ ਆਪਣੀ ਆਪਣਾ ਜੋ ਕੋਈ ਵੀ ਮੁੱਦਾ ਚੱਲਦਾ ਹੁੰਦਾ ਤੇ ਉਸਨੂੰ ਉਹ ਪ੍ਰਾਇੋਰਿਟੀ ਦਿੰਦੇ ਨੇ, ਉਸਨੂੰ ਪਹਿਲ ਦਿੰਦੇ ਨੇ, ਐਂਡ ਆਪਣਾ ਕੰਮ ਪਿੱਛੇ ਲਾਉਂਦੇ ਨੇ, ਐਂਡ ਦੈਨ ਫਿਰ ਉਹ ਯੂਨੋ ਜਿੰਨਾ ਤੱਕ ਸੁਧਾਰ ਨਹੀਂ ਆਉਂਦਾ ਤਾਂ ਹੀ ਉਹ ਵਾਪਸ ਕਰਦੇ ਨੇ। ਤੇ ਇਹ ਬਹੁਤ ਆਈ ਥਿੰਕ ਸਾਰੇ ਹੀ ਵਧਾਈ ਦੇ ਪਾਤਰ ਨੇ, ਜਿਹੜੇ ਜਿੰਨੇ ਵੀ ਕਲਾਕਾਰ ਨੇ, ਜਿੰਨੇ ਵੀ ਆਰਟਿਸਟ ਨੇ, ਕਿਉਂਕਿ ਸਾਰਿਆਂ ਦੇ ਵਿੱਚ ਬਹੁਤ ਹੀ ਸਹਿਜ ਦੇ ਨਾਲ ਕੰਮ ਕਰਦੇ ਨੇ ਇੰਡਸਟਰੀ ਦੇ ਵਿੱਚ। ਸੋ ਬਹੁਤ ਹੀ ਵਧੀਆ ਗੱਲ ਹੈ। ਜੈਸਾ ਥੋੜਾ ਹਾਂਜੀ ਜਿਹਾ ਹਾਂਜੀ ਹੋਰ ਮੈਂ ਜਾਣਨਾ ਚਾਹੂੰਗੀ ਐਲਬਮ ਦੇ ਬਾਰੇ। ਐਲਬਮ ਕਿਸ ਕਿਸ ਨੇ ਤਿਆਰ ਕੀਤੀ ਹੈ, ਕੌਣ ਕੌਣ ਇਨਵੋਲਵਡ ਹੈ, ਕਿੰਨੇ ਗੀਤ ਨੇ? ਨਾ ਤਾਂ ਕੋਈ ਗੀਤ ਫਿਕਸ ਨੇ ਹਲੇ, 8 10 12 ਇਹਨਾਂ ਦੇ ਵਿੱਚੋਂ ਕਿੰਨੇ ਵੀ ਗਾਣੇ ਆ ਸਕਦੇ ਆ, ਤੇ ਇਨਵੋਲਵ ਇਨਵੋਲਵ ਇਹਨਾਂ 'ਚ ਸਾਡੀ ਟੀਮ ਹੀ ਆ ਬਸ, ਮੈਂ ਆ ਗੋਰਾ ਗੌਰ ਸਿੱਧੂ, ਹੈ ਨਾ ਸਭ ਨੂੰ ਪਤਾ ਹੀ ਆ, ਜੀ ਤੇ ਨਾਮ ਵੀਰਾ, ਤੇ ਆਪਾਂ 3 ਜਣੇ ਨੇ ਸਾਰਾ ਪਲਾਨ ਕੀਤਾ, ਸਾਰੇ ਆਰਗੇਨਾਈਜ਼ ਆਪਾਂ 3 ਨੇ ਕੀਤੀ ਆ। ਕਿੰਨੀਆਂ ਯਾ ਵੀਡੀਓਜ਼ ਰੈਡੀ ਹੋ ਗਈਆਂ ਨੇ ਤੇ ਕਿੰਨੀਆਂ ਤੁਸੀਂ ਰੈਡੀ ਸੋ ਕਰ ਰਹੇ ਉਹਦੇ ਹੋ? ਵਿੱਚ ਜਿਹੜੇ ਬਾਕੀ ਆ, ਹਨਾ, ਕਿਉਂਕਿ ਸਾਰੇ ਕਾਫੀ ਲੰਮੀ ਲਿਸਟ ਹੁੰਦੀ ਹੈ ਜਿੰਨਾ ਕੰਮ ਕੀਤਾ ਹੁੰਦਾ ਐਲਬਮ ਦੇ ਵਿੱਚ। ਹੁਣ ਆਪਾਂ ਨਾਮ ਦਿੰਦੇ ਹਾਂ, ਮਿਊਜ਼ਿਕ ਮਿਊਜ਼ਿਕ ਗੁਰਦਾ ਲੈਦਾ ਡਾਇਰੈਕਟਰ, ਹੁਣ ਆਪਣਾ ਪਹਿਲੇ ਜਿਹੜੀ ਵੀਡੀਓ ਆਉਣੀ ਆ ਸਾਡੀ ਉਹ ਆਉਣੀ ਆ ਬਾਈ ਨਾਲ, ਸੁੱਖ ਸੰਗੇੜਾ ਬਾਈ ਨਾਲ। ਸੋ ਉਹਦੇ ਵਿੱਚ ਹੋਰ ਵੀ ਕਈ ਜਿੰਨਾ ਕੰਮ ਕੀਤਾ, ਜਿਵੇਂ ਗੁਰਲੇਜ ਅਖਤਰ ਜੀ। ਅੱਛਾ, ਯਾ ਕੋਲੈਬੋਰੇਸ਼ਨ ਤੇ ਮੈਂ ਆ ਰਹੀ ਸੀ ਯਾ ਵੈਸੇ। ਕੋਲੈਬੋਰੇਸ਼ਨ ਕੋਲੈਬੋਰੇਸ਼ਨਸ ਕਿਨਾ ਕਿਨਾ ਤੁਸੀਂ ਅਜੇ ਦੱਸਣਾ ਹੈ ਕਿ ਕਿਨਾ ਕਿਨਾ ਕੋਲੈਬੋਰੇਸ਼ਨਸ ਕੀਤੀ ਹੈ ਜਾਂ ਹਜੇ ਦੱਸਣਾ ਨਹੀਂ? ਦੱਸਣ ਵਾਲੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਕਲੈਬ 1-2 ਗਾਣੇ ਸਾਡਾ ਕਲੈਬ ਆ ਵਿੱਚ, ਜਾਂ ਠੀਕ ਗੁਰਦੀ ਆ। ਫੀਚਰਿੰਗ ਆ ਤੇ ਜਾਂ ਫਿਰ ਗੁਲੇਜ ਮੈਡਮ ਦੀ ਆ। ਜੀ। ਸੋ ਹੋਰ ਕੋਈ ਵੱਡੀ ਉਦਾਂ ਦੀ ਆਪਾਂ ਕਲੈਬ ਨਹੀਂ ਕੀਤੀ, ਕਿਉਂਕਿ ਆਪਾਂ ਚਾਹੁੰਦੇ ਆ ਕਿ ਮੈਂ ਹੀ ਰਿਵੈਲ ਹੋਵਾਂ ਉਹਦੇ ਵਿੱਚ, ਕਿਉਂਕਿ ਮੇਰੇ ਗਾਣੇ ਆ, ਮੈਂ ਹੀ ਕੁਝ ਕਰਕੇ ਦਿਖਾਵਾਂ ਤਾਂ ਵਧੀਆ ਆ ਰਾਈਟ। ਜੀ। ਕੋਲੈਬੋਰੇਸ਼ਨ ਦੀ ਜਦ ਆਪਾਂ ਗੱਲ ਕਰਦੇ ਹਾਂ ਤਾਂ ਬਹੁਤ ਹਾਂਜੀ ਜ਼ਿਆਦਾ ਇੱਕ ਦੌਰ ਚੱਲਿਆ ਹੋਇਆ ਹੈ, ਤੇ ਵਧੀਆ ਗੱਲ ਹੈ ਕਿ ਆਪਣੇ ਕਲਾਕਾਰ ਜਿਹੜੇ ਨੇ ਇਕੱਠੇ ਹੋ ਕੇ ਕੁਝ ਨਾ ਕੁਝ ਪ੍ਰੋਡਿਊਸ ਕਰ ਰਹੇ ਨੇ, ਤੇ ਵਧੀਆ ਚੀਜ਼ਾਂ ਹੀ ਪ੍ਰੋਡਿਊਸ ਹੋ ਰਹੀਆਂ ਨੇ, ਬਹੁਤ ਵਧੀਆ ਗੱਲ ਹੈ। ਹਾਂਜੀ ਤੁਹਾਡਾ ਹਾਂਜੀ ਇਸ ਤੇ ਕੀ ਟੇਕ ਹੈ? ਕੀ ਤੁਸੀਂ ਸੋਚਦੇ ਹੋ ਕਿ ਕੋਲੈਬੋਰੇਸ਼ਨ ਤੁਸੀਂ ਕਰੋਗੇ ਜਾਂ ਫਿਰ ਹਜੇ ਸੋਚਿਆ ਨਹੀਂ ਹੋਇਆ? ਕੋਈ ਜਿਹੜਾ ਮੇਨ ਸਟ੍ਰੀਮ, ਜਿਹੜਾ ਆਪਣਾ ਪੰਜਾਬੀ ਦਾ ਮੇਨ ਸਟ੍ਰੀਮ ਆਰਟਿਸਟ ਜਿਹਨਾਂ ਨੂੰ ਕਹਿ ਦਈਦਾ ਆ, ਜਿਹੜੇ ਕਾਫੀ ਨਾਮ ਉਹਨਾਂ ਨੇ ਬਹੁਤ ਕਮਾ ਲਿਆ ਆ, ਉਹਨਾਂ ਦੇ ਨਾਲ ਸੋਚਿਆ ਹੋਇਆ ਹੈ ਕਿ ਤੁਸੀਂ ਕੋਲੈਬੋਰੇਸ਼ਨ ਵੀ ਕਰੋਗੇ? ਕਲੈਬਰੇਸ਼ਨ ਹਾਲੇ ਤਾਂ ਮੇਰਾ ਕੋਈ ਉਦਾਂ ਪਲਾਨ ਨਹੀਂ ਹੈਗਾ ਰਾਈਟ ਵੇ, ਆਪਾਂ ਕਿਸੇ ਨੂੰ ਅਪਰੋਚ ਨਹੀਂ ਕੀਤਾ ਇਹਨਾਂ, ਹਨਾ। ਮੈਨੂੰ ਵਧੀਆ ਲੱਗਦਾ ਇਦਾਂ ਅਪਰੋਚ ਕਰਨਾ, ਮੈਂ ਕਹਿੰਦਾ ਕਿ ਮੈਂ ਹੀ ਕੁਛ ਇਕੱਲਾ ਕਰਕੇ ਦਿਖਾਵਾਂ ਤਾਂ ਜ਼ਿਆਦਾ ਵਧੀਆ, ਇਹਦੇ 'ਚ ਮੇਰਾ ਸਭ ਕੁਛ ਆਏਗਾ, ਮੇਰੀ ਜੋ ਮੇਰਾ ਟੈਲੈਂਟ ਹੈ ਉਹ ਬਾਹਰ ਆਏਗਾ ਰਾਈਟ। ਯਾ ਜਾਂ ਬਾਕੀ ਅੱਗੇ ਫਿਊਚਰ ਦੇ ਵਿੱਚ ਆਪਾਂ ਕੁਛ ਨਹੀਂ ਕਹਿ ਸਕਦੇ ਕਿੰਨੇ ਕੁ ਆਪਾਂ ਕਲੈਬਰੇਸ਼ਨ ਕਰਨੀ ਆ ਤਾਂ ਕਿੰਨੀਆਂ ਕੁ ਬਾਬੇ ਨੇ ਕਰਵਾਉਣੀਆਂ That's nice. ਜਾਂ ਇਦਾਂ ਆ। I really, really, really want to hear the song ਮਣ ਕੇ, ਤੇ ਜਦ ਅਸੀਂ ਪੋਸਟਰ ਵੀ ਪਾਇਆ ਸੀ ਉਦੋਂ ਬਹੁਤ ਸਾਰੇ ਲੋਕਾਂ ਦਾ ਮੈਸੇਜ ਆਇਆ ਸੀ, ਬਹੁਤ ਸਾਰੇ ਫੈਨਸ ਦਾ ਮੈਸੇਜ ਆਇਆ ਸੀਗਾ ਕਿ ਜਦ ਤੁਸੀਂ ਲਾਈਵ ਕਰਨਾ ਤਾਂ ਮਣ ਕੇ ਗੀਤ ਜ਼ਰੂਰ ਸੁਣਨਾ ਆ, ਐਂਡ ਓਕੇ ਜ਼ਰੂਰ ਸੁਣਨਾ ਚਾਹਾਂਗੇ, ਐਂਡ ਯਾ ਓਕੇ ਸੋ ਹੁਣੇ ਸੁਣਨਾ ਚਾਹੁੰਦੇ ਤੁਸੀਂ ਸਾਰੇ, ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ ਆਪਾਂ। ਸਾਹ ਵਿੱਚ ਰਹਿਣ ਵਾਲਿਆ ਤੋ
छोड़ी ना यारी वे, मर जांगे रे नहीं होना उम्र कवारी वे, सानू तेरा इश्क या मिठड़ा वध के जिंदगानी तो, मणक्या विच प्यार नहीं रह गया दित्ती तेरी गानी जो, मणक्या विच प्यार नहीं रह गया दित्ती तेरी गानी जो, दित्ती तेरी गानी जो। सच अ नाइस सॉन्ग. आई थिंक दिस इज सच अ लाइक जो मर्जी ला लो. मैं पहला भी हाँ कैसे जी मैं हाँ जी, प्यार इट्स बोल रही वेरी थी ना. स्मूथ एक्चुअली, बहुत ज्यादा स्मूथ। इंस्ट्रूमेंट भी जेडे यूज हुए ने अपने वो भी काफी ज्यादा सॉफ्ट जे ने, ते गाना भी काफी ज्यादा सॉफ्ट है। सो आप कभी भी आज सुन लो या 4 साल बाद सुन लो तो वधिया लगना गाना है। जी. या अच्छा, मैं बहुत इंटरेस्टेड हुनी आ थोड़ी जिहड़े कलाकारां दी व्यू देखण नूं, कि उहनां दी इंडस्ट्री दे व्यू की ने, की सोच रहे हाँ जी ने, हाँ जी, किधरले पासे जा रही आ गायकी. अक्सर अपने जिहड़े बुजुर्ग हुंदे ने जां जिहड़े हंडी हुए कलाकारां नूं सुणन दा शौक रखदे ने, एंड हाँ असीं जी भी हाँ जी, रखदे आ, पर हमेशा ये शिकायत आउंदी है कि असलियां ते जां फिर थोड़े जिहड़े वैल पुणे ते गाणे ने उह ज्यादा बन रहे ने. ए थोड़ा की है ते विचार की है, क्योंकि तुसी एक नवे कलाकार हो ते शायद एक ट्रेंड बन गया है, शायद एक नवा फेज आ, एक नवा चेंज आया इंडस्ट्री दे विच. मैनू नहीं लगता कि वैलपुणे ते गाना करना कोई ज्यादा वो है कि हिट नहीं। सिंपल गाने भी अपने, सॉफ्ट गाने भी, लाइक रोमांटिक गाने भी काफी ज्यादा चलते, कल वैलपुणे वाले गाने गाने चलते, सारे गाने चलते एक्चुअली, जो अलग अलग जोनर होंगे है गाने दे, है ना। या सो मेरा ये नहीं है कि वैलपुणे ते गाना करो ते चलेगा, दूजे आप गाने। हाँ पर एक वो चलता पा कि लोग अजकल म्यूजिक नहीं जो सुनते हैं वो दूजे भी सुनते हैं, एंटरटेनमेंट इन द सेंस कि वो नचना टपना चाहते हैं उन्हें देख, या है ना, फील लैके पूरा। सो ता करके वैलपुणे दे आपां ज्यादा लाइक वैलपुणे ज्यादा गाने आउंदे आ मैनूं लगदा। की बट थानू एदा कोई लगदा ए कि गाने है कि वैलपुणे दे गाने करांगे चलेगा, नहीं आपां रोमांटिक कोई भी गाना कर सकदे आपां, उहदे च फील होनी चाहीदी है, उहदे च वधिया इंस्ट्रूमेंट होने चाहीदे आ, उहदे च होर चीजां कई वधिया होनी चाहीदी, लिरिक्स वधिया होने चाहीदे, और डेफिनेटली लोक की पसंद करनगे। जी अक्सर कहा जी जाता है कि जिहड़ी अपनी यंग नौजवान मुंडे ने, जिहड़े अपने नवे कलाकार आ रहे ने, वो हाँ जी जवानी जिहड़ी अपनी उभरदी जवानी है जां अपने जिहड़े नौजवान ने उहनां नूं गलत राह पा रही है. बट आपां देखिया है कि किसानी अंदोलन दे विच वी अपने नौजवान मुंडे जिहड़े सीगे बहुत ज्यादा गए ने. बिल्कुल बिल्कुल सो जी, की तुहानूं लगदा है कि जिहड़ी गीतां दा या फिर जिहड़े जो वीडियोज दा, वीडियोज दे विच हर एक वीडियो दे विच गन यूज हुंदी है अज कल. मैं जी बहुत घट वीडियो देखदी हाँ जिन्हां दे विच कोई असला या फिर कुछ इदां दा थोड़ा वल्गर ना होवे इन टर्म्स ऑफ वायलेंस, या फिर गन प्रमोशन काफी हो रही है. आई थिंक इस चीज नूं आपां डिनाई नहीं कर सकदे. बट ए ते थोड़ा की विचार है कि थोनूं लगदा है कि गीत थोड़ी गलत राह पा रही है? गीतकारी गलत रहा एक्चुअली च की हुंदा कि जेड़ा मेरा बिलीव है वो है कि नहीं, आपा भी हुण मैं भी गाने शुरू तो सुनदा आया, लाइक आपा 5वीं 6वीं जदों मैं सुन लगा गाने, उदों काफी ज्यादा उदों दे गाने आउंदे पे असले दे, इदां दी गल नहीं, काफी पुराने गाने आउंदे पे, अज नहीं आए, 15 साल 10 साल हो गए घट्टो घट, है ना, जी. ते असीं भी सुनदे आए सां। सो मैनूं तां लगा नहीं कि मैं कदी, है ना, गाना सुन के अज तां बंदा मार देना इदां कदी फील होया होए। हाँ वो थोड़ी जी कई ना समझ होंदे आ, है ना, ते जिवें घरदिआं दे कहिण ते नहीं चलदे आ, किवें वी कितने कितने इफेक्ट उहनां ते पैंदा आ। लाइक मैनूं तां लगदा कि ज्यादा जिहड़ा कम खराब करदा, लाइक बंदे कोल पैसा हुंदा ओह कम खराब करदा, जी. आई डोंट थिंक सो कि एक गाना किसे नूं अत्तवादी बनाउंदा या किसे नूं इदां करके कुछ गलत राह ते पाउंदा। जी. ऑफ मैं कोर्स, मेरा थोड़ियां जी लाइट गल्लां वाल चलदे हैं हुण. मैनूं लगदा हाँ थोड़ा जी सा हाँ जी, ज्यादा सीरियस या टॉपिक हो थोड़ी गया. जल्दियाँ नहीं, कोई नहीं। जैसा तुसीं बहुत सारे गीत रिलीज कर दिते रहे इन द लास्ट स्पेस ऑफ लाइक साल दे विच ही, बहुत सारे नवे बंदियां नूं मिले होंगे, बहुत सारे आर्टिस्टां नूं मिले होंगे. किवें दा हुण लग रिहा है जब तुसीं एवी दी इंडस्ट्री दे विच आ गए हो? थोड़ा रहना बहना डिफरेंट तरीके दे नाल हो जांदा है? तुसीं बाहर बहुत घट जा सकदे हुंदे आ, क्योंकि बहुत लोग थोनू रेकग्नाइज करन लग जांदे या आ. हाँ जी हाँ सो जी, की एक्सपीरियंस है हुण थोड़ा? एक्सपीरियंस वधिया वधिया लगता जदों कोई रिकग्नाइज करदा, है ना, दूर तो कोई कहिंदा हाँ भाई किदां भाई हाल पुछदा प्यार नाल, सो वधिया लगता उदों दा काफी। कोई इदां दी गल नहीं है कि लुप छुप के रहने वाली गल है नहीं कि आपां बाहर नहीं जाना, कोई मिल जो इदां नहीं, मिलदे आ काफी, प्यार करने वाले मिलदे आ, जी ते जी वधिया लगता।
ਤੇ ਕਰਦਿਆਂ ਦਾ ਕੀ ਰਿਐਕਸ਼ਨ ਹੈ ਹੁਣ ਕਿ ਕਰਦੇ ਕੀ ਸੋਚਦੇ ਨੇ? ਕਰਦੇ ਪਹਿਲਾਂ ਵੀ ਨਾਲ ਹੀ ਸੀਗੇ ਜਦ ਤੁਸੀਂ ਕਿਹਾ ਕਿ ਮੈਂ ਇਸ ਲਾਈਨ ਦੇ ਵਿੱਚ ਆਉਣਾ ਆ? ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਐਕਚੁਅਲੀ ਜੀ ਕਿ ਮੈਂ ਕੋਈ ਇਦਾਂ ਦਾ ਕੁਝ ਕਰਨਾ। ਜੀ ਉਹਨਾਂ ਨੂੰ ਪਤਾ ਸੀ ਵੀ ਹਾਂ ਮੁੰਡਾ ਥੋੜਾ ਬਹੁਤ ਗਾਉਂਦਾ, ਕਦੇ ਅੰਦਰ ਘਰ ਵਾਰ ਦੇ ਅੰਦਰ ਬਾਹਰ ਜਾਂਦੇ ਕਦੇ ਹਨਾ ਗਾਉਂਦੇ ਰਹਿਣਾ, ਲੱਗਣਾ ਕਿ ਚੱਲ ਕੋਈ ਨਹੀਂ ਗਾਉਂਦਾ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਇਦਾਂ ਆਪਣਾ ਪ੍ਰੋਫੈਸ਼ਨਲ ਬਣਾ ਲੈਣਾ ਇਹਨੂੰ, ਜੀ। ਉਹਨਾਂ ਨੂੰ ਇਹ ਨਹੀਂ ਸੀ ਪਤਾ। ਸੋ ਉਹ ਸ਼ੁਰੂ ਤੋਂ ਸਪੋਰਟ ਕਰਦੇ ਆਏ ਆ ਹਰੇਕ ਚੀਜ਼ 'ਚ, ਉਹਨਾਂ ਨੇ ਕਿ ਤੁਸੀਂ ਕੁਛ ਮਰਜ਼ੀ ਕਰੋ ਹਨਾ ਬੱਚਿਆਂ ਨੇ, ਸਾਨੂੰ ਇਹ ਕਿਹਾ ਗਿਆ ਕਿ ਤੁਸੀਂ ਕੁਛ ਮਰਜ਼ੀ ਕਰੋ ਤੁਹਾਡੇ ਨਾਲ ਆ, ਜੀ ਯਾ ਜਿਵੇਂ ਸੋ ਇੰਡੀਅਨ ਸਪੋਰਟਿਵ ਆਫ ਕਿਹੜਾ ਦੈਮ। ਲੱਗਾ ਹੈ ਪਹਿਲੀ ਗਾਣੀ ਤੋਂ ਬਾਅਦ ਜਾਂ ਫਿਰ ਅੱਜ ਤੱਕ? ਇੰਡੀਆ ਨਹੀਂ ਗਿਆ ਜੀ ਹਾਲੇ, ਮੈਂ ਇੰਡੀਆ ਹੁਣ ਜਾਣਾ ਬਸ ਦਿਸ ਈਅਰ 2021 ਆਪਾਂ ਪੱਕਾ ਯਾ ਜਾਵਾਂਗੇ। ਲਾਸਟ ਈਅਰ ਤਾਂ ਸਾਰਾ 20 ਤਾਂ ਲੋਕਡਾਊਨ ਦੇ ਵਿੱਚ ਲੰਘ ਗਿਆ ਹਨਾ, ਜੀ ਜੀ ਇੱਥੇ ਜੀ ਆਪਣਾ ਕੈਨੇਡਾ 'ਚ ਵੀ ਕਾਫੀ ਜ਼ਿਆਦਾ ਜੀ ਲੋਕਡਾਊਨ ਰਿਹਾ ਕਿੰਨੇ ਟਾਈਮ। ਤੇ ਤੋ ਹਜੇ ਤੁਸੀਂ ਹੁਣ ਜਿਹੜੀ ਇਨ ਨਹੀਂ, ਮੈਂ ਪਰਸਨ? ਐਕਚੁਅਲੀ ਜੀ ਮੈਂ ਜਦੋਂ ਦਾ ਕੈਨੇਡਾ ਆਇਆ ਮੈਂ ਹਾਲੇ ਇੰਡੀਆ ਗਿਆ ਹੀ ਨਹੀਂ। ਓਕੇ ਯਾ ਠੀਕ ਆ। ਸੋ ਤੇ ਹੁਣ ਜਾਣਾ ਹਜੇ ਆਪਾਂ ਆਈ ਬਿਲੀਵ ਫਿਰ ਤੁਸੀਂ ਹਜੇ ਉਹ ਚੀਜ਼ ਹਜੇ ਦੇਖੀ ਨਹੀਂ ਹੈਗੀ ਕਿ ਇੰਡੀਆ ਦੇ ਯਾ ਵਿੱਚ ਇਹੋ ਜੀ ਰਿਐਕਸ਼ਨ ਹੈ ਇੰਡੀਆ ਦੇ ਬਿਕਾਜ਼। ਵਿੱਚ ਕਿੱਦਾਂ ਕਰੇਜ਼ ਆ ਕਿੱਦਾਂ। ਹਾਂ ਯਾ ਉਹ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈ ਆਈ ਥਿੰਕ ਇੱਕ ਕਲਾਕਾਰ ਦੇ ਲਈ ਇਹ ਜਾਣਨ ਲਈ ਕਿ ਕਿੰਨਾ ਵਧੀਆ ਹੋ ਰਿਹਾ ਆ ਯਾ ਕੰਮ, ਸਹੀ ਕਿਉਂਕਿ ਗੱਲ, ਇੱਥੇ ਕਿਉਂਕਿ ਬਾਹਰਲੇ ਮੇਨ ਦੇਸ਼ਾਂ ਦੇ ਜਿਹੜੀ ਵਿੱਚ ਇਹ ਵੀ ਨਹੀਂ ਇੰਡਸਟਰੀ ਆ ਸਮਝ ਉਹ ਰਿਹਾ ਇੰਡੀਆ 'ਚ ਹੀ ਆਪਣੀ ਮੇਨ ਇੰਡਸਟਰੀ ਆ ਜਿਹੜੀ, ਜੀ ਸੋ ਉੱਥੇ ਹੋਰ ਗੱਲ ਆ। ਬਾਕੀ ਹੁਣ ਜਾਵਾਂਗੇ ਤਾਂ ਪਤਾ ਲੱਗੂਗਾ, ਬਾਕੀ ਵਧੀਆ ਹੀ ਹੋਣਾ ਜਿਵੇਂ ਇੱਥੇ ਲੋਕ ਪਿਆਰ ਕਰਦੇ ਆ ਉਦਾਂ ਹੀ। ਜੀ। ਵੈਸੇ ਜੀ ਆਪਾਂ ਇਹ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਯੂ ਨੋ ਅੱਜ ਕੱਲ ਬਹੁਤ ਡਿਫਰੈਂਟ ਤਰੀਕੇ ਦੇ ਨਾਲ ਚੱਲ ਰਹੀ ਹੈ ਇੰਡਸਟਰੀ, ਬਹੁਤ ਵੱਖਰੀਆਂ ਵੱਖਰੀਆਂ ਕਿਸਮਾਂ ਦੀਆਂ ਚੀਜ਼ਾਂ ਆ ਗਈਆਂ ਨੇ ਜਿਸਦੇ ਰਾਹੀਂ ਤੁਸੀਂ ਬਹੁਤ ਛੇਤੀ ਫੇਮ ਪਾ ਸਕਦੇ ਹੋ। ਇੱਕ ਚੀਜ਼ ਹੈ ਕਿ ਕੰਟਰੋਵਰਸੀ ਕਰੋ ਐਂਡ ਅਗਲੇ ਦਿਨ ਤੁਸੀਂ ਸਟਾਰ ਬਣ ਜਾਂਦੇ ਹੋ, ਤੇ ਫਿਰ ਉਹਦਾ ਇਫੈਕਟ ਬਹੁਤ ਜ਼ਿਆਦਾ ਗਾਇਕੀ ਤੇ ਪੈਂਦਾ ਹੈ। ਕੀ ਤੁਸੀਂ ਇਹ ਕਦੇ ਸੋਚਿਆ ਹੈ ਕਿ ਮੈਂ ਅੱਜ ਰਾਤ ਨੂੰ ਕੰਟਰੋਵਰਸੀ ਕਰਾਂ ਤੇ ਕੱਲ ਨੂੰ ਸ਼ਾਇਦ ਮੇਰਾ ਗਾਣਾ ਉਸ ਦੇ ਕਰਕੇ ਥੋੜਾ ਜ਼ਿਆਦਾ ਹਿੱਟ ਜਾਵੇਗਾ? ਅਸੀਂ ਕੰਟਰੋਵਰਸੀ ਕਰੀਏ ਕਿੰਨੇ ਨਾਲ ਜੀ ਹਨਾ, ਕਿੰਨੇ ਨਾਲ ਕੰਟਰੋਵਰਸੀ ਕਰੀਏ। ਮੈਨੂੰ ਨਹੀਂ ਲੱਗਦਾ ਇਦਾਂ ਕੁਝ ਹੈਗਾ, ਇਹ ਲਾਈਕ ਬਿਲੀਵ ਨੇ ਲੋਕਾਂ ਦੇ, ਪਰ ਇਦਾਂ ਕੁਝ ਨਹੀਂ ਹੁੰਦਾ। ਗਾਣਾ ਵਧੀਆ ਹੋਣਾ ਚਾਹੀਦਾ, ਮੇਰਾ ਇੱਕ ਹੈ ਕਿ ਮੈਂ ਸਭ ਤੋਂ ਪਹਿਲਾਂ ਇਹ ਸੋਚਦਾ ਕਿ ਗਾਣਾ ਵਧੀਆ ਹੋਣਾ ਚਾਹੀਦਾ। ਮੈਨੂੰ ਇਹ ਵੀ ਨਹੀਂ ਹੁੰਦਾ ਕਿ ਵੀਡੀਓ, ਸਭ ਤੋਂ ਪਹਿਲਾਂ ਆਡੀਓ ਕੰਨਾਂ ਨੂੰ ਕਿੱਦਾਂ ਲੱਗਦਾ। ਜੀ। ਯਾ ਸੋ ਗਾਣਾ ਵਧੀਆ ਹੋਣਾ ਚਾਹੀਦਾ, ਇਦਾਂ ਨਹੀਂ ਕਿ ਉਹ ਇੱਕ ਦੋ ਦਿਨ ਕੰਮ ਚੱਲ ਜਾਂਦਾ ਫਿਰ ਉਹ ਮੁੜ ਕੇ ਗੱਲਬਾਤ ਨਹੀਂ ਹੈ ਬੰਦੇ 'ਚ ਹਨਾ, ਬਿਨਾਂ ਇਦਾਂ ਆਪਾਂ ਕਰਕੇ ਆ ਨਹੀਂ ਸਕਦੇ ਇੰਡਸਟਰੀ ਦੇ ਵਿੱਚ ਇਦਾਂ। ਇੱਕ ਬਹੁਤ ਹੀ ਵਧੀਆ ਗੱਲ ਕਿਸੇ ਆਰਟਿਸਟ ਨੇ ਕੰਟਰੋਵਰਸੀ ਮੈਨੂੰ ਕਹੀ ਸੀਗੀ ਕਿ ਜੇ ਇਹੀ ਚੀਜ਼ਾਂ ਦੇ ਪਿੱਛੇ ਤੁਸੀਂ ਇਹੀ ਚੀਜ਼ਾਂ ਕਰਨ ਲੱਗ ਜਾਓ ਤਾਂ ਇਸ ਚੀਜ਼ ਦੀ ਮੰਗ ਕਰਨ ਲੱਗ ਜਾਂਦੇ ਆ। ਸੋ ਆਈ ਥਿੰਕ ਇਹੀ ਗੱਲ ਹੋਵੇਗੀ ਕਿ ਜੇ ਤੁਸੀਂ ਕੰਮ ਕਰੋਗੇ ਤਾਂ ਲੋਕੀ ਕੰਮ ਦੇ ਲਈ ਹੀ ਪਸੰਦ ਕਰਨਗੇ ਤੁਹਾਨੂੰ। ਬਿਲਕੁਲ ਜੀ। ਜੀ ਜਸ ਆਈ ਰੀਲੀ ਵਾਂਟ ਟੂ ਨੋ ਤੁਹਾਡੀ ਰਿਲੇਸ਼ਨਸ਼ਿਪ, ਜਿਹੜੀ ਫਰੈਂਡਸ਼ਿਪ ਕਹਿ ਸਕਦੇ ਹਾਂ, ਇੱਕ ਭਰਾਵਾਂ ਦਾ ਜਿਹੜਾ ਪਿਆਰ ਹੈ ਤੁਹਾਡੇ ਨਾਲ, ਹਾਂਜੀ ਤੁਹਾਡਾ ਤੇ ਗੁਰ ਸਿੱਧੂ ਦੇ ਨਾਲ ਕਿਵੇਂ ਦਾ ਹੈ? ਜੀ ਕਿਉਂਕਿ ਬਹੁਤ ਤੁਹਾਡੀ ਵਧੀਆ ਜੀ, ਮਿਊਜ਼ਿਕ ਬਿਲਕੁਲ ਬਹੁਤ ਭਰਾਵਾਂ ਹੀ ਵਰਗਾ। ਜ਼ਿਆਦਾ ਡੀਪ ਬੌਂਡਿੰਗ ਦਿਸਦੀ ਹੈ, ਝਲਕ ਹਾਂਜੀ ਦਿਸਦੀ ਹੈ, ਹਾਂਜੀ ਕਿਵੇਂ ਦੀ ਰਿਲੇਸ਼ਨਸ਼ਿਪ ਹੈ? ਬਹੁਤ ਵਧੀਆ ਜੀ, ਹੱਸਦੇ ਖੇਡਦੇ ਰਹੀਦਾ, ਇੱਕ ਦੂਜੇ ਨੂੰ ਮਜ਼ਾਕ ਕਰਦੇ ਰਹੀਦਾ, ਜੀ ਕਦੀ ਚੰਗੇ ਮਾੜੇ ਦਾ ਗੁੱਸਾ ਨਹੀਂ ਕਿਤੇ ਜਦੋਂ ਜੋ ਮਰਜ਼ੀ ਕਹੀ ਜਾਈਦਾ, ਕੋਈ ਚੱਕਰ ਨਹੀਂ ਹੈ। ਜੀ ਯਾ ਜੀ ਸੋ ਬਹੁਤ ਇਕੱਠੇ ਵਧੀਆ ਕੰਮ ਬੋਂਡਿੰਗ ਆ। ਕਰਦੇ ਹੋ? ਹਾਲੀ ਸਾਨੂੰ 1.5 ਸਾਲ ਹੋਇਆ ਮੈਨੂੰ ਮਿਲੇ ਨੂੰ, ਤੇ ਸਾਡੇ 'ਚ ਕੋਈ ਇਦਾਂ ਦੀ ਤੂੰ ਮੈਂ ਵਾਲੀ ਕਦੀ ਕੋਈ ਗੱਲ ਨਹੀਂ ਹੋਈ ਜੀ। ਬਿਲਕੁਲ ਵਧੀਆ। ਯਾ ਸੋਚਿਆ ਹੈ ਉਧਰ ਕਿ ਉਹਦੇ ਨਾਲ ਹੋਣੀ ਨਹੀਂ ਕਿਸੇ ਦੀ ਜੀ, ਉਹ ਰੱਬ ਦਾ ਜੀ ਆ, ਉਹ ਕੁਛ ਨਹੀਂ ਬਸ ਚੰਗੇ ਆ ਜਾ, ਉਹਨੇ ਕੋਈ ਫਾਲਤੂ ਗੱਲ ਵੀ ਨਹੀਂ ਕਹਿੰਦਾ ਉਹ। ਜੀ ਯਾ ਦੈਟਸ ਵੈਰੀ ਨਾਈਸ, ਦੈਟਸ ਵੈਰੀ ਨਾਈਸ। ਜਿਸਾ ਕਾਫੀ ਮੰਗ ਆ ਰਹੀ ਹੈ ਜਿਹੜੇ ਕਮੈਂਟਸ ਦੇ ਵਿੱਚ ਕਿ ਸੁਰਮਾ ਗੀਤ ਸੁਣਨਾ, ਮੈਂ ਸੁਰਮਾ ਗੀਤ ਦੀ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਸੁਰਮਾ ਗੀਤ ਐਸੇ ਲਾਸਟ ਸੁਣਨਾ ਚਾਹੁੰਦੀ ਸੀ, ਤੁਸੀਂ ਬਟ ਹੁਣ ਮੈਂ ਬਸ ਕਰੋ, ਆਪਾਂ ਯੂਕੇ ਆ ਕੇ ਸੁਣਾਵਾਂਗੇ ਤੁਹਾਨੂੰ ਸੁਰਮਾ ਗੀਤ, ਤਾਂ ਤੁਹਾਨੂੰ ਸੁਣਾਉਣਾ ਹੀ ਪਊਗਾ ਕਿਉਂਕਿ ਉਹ ਤਾਂ ਸਾਡੀ ਸਾਰਿਆਂ ਦੀ ਮੰਗ ਹੈ। ਓਕੇ ਜੀ ਠੀਕ ਹੈ, ਕੋਈ ਗੱਲ ਨਹੀਂ ਸੁਣਾਵਾਂਗੇ ਆਪਾਂ। ਜੀ ਸਾਰੀ ਸਾਰੀ ਰਾਤ ਚੋਇਆ ਸੁਰਮਾ, ਜੱਟਾ ਵੇ ਮੇਰੀ ਅੱਖਾਂ ਚੋਂ, ਖੁਣਿਆ ਪਿਆ ਈ ਨਾਮ ਦਿਲ ਤੇ, ਵਿੱਚ ਚੁਣਿਆ ਈ ਤੈਨੂੰ ਅਸੀਂ ਲੱਖਾਂ ਚੋਂ, ਟੁੱਟ ਜੇ ਨਾ ਤੇਰੀ ਮੇਰੀ ਸੋਹਣਿਆ, ਵੇ ਆਹੀ ਗੱਲ ਸੀ ਨਾ ਪਾੜ ਧਰਦੀ, ਜਾਣਦਾ ਨੀ ਜਾਣਦਾ ਨੀ ਜੱਟਾ ਵੇ, ਕਿੰਨਾ ਜੱਟੀ ਕਰਦੀ, ਜਾਣਦਾ ਨੀ ਜੱਟਾ ਵੇ, ਕਿੰਨਾ ਜੱਟੀ ਕਰਦੀ, ਹਾਏ ਵੇ ਕਿੰਨਾ ਜੱਟੀ ਕਰਦੀ। That's very nice, very very nice. One of my favorite songs, I have to say, one of my favorite songs. Okay. So the key plans in the future, they hun obviously album aa rahi hai, but album to baad ki plan kita hoya hai ki kuch karna chahne ho, ki kuch nava leke aana chahne ho industry de layi? Nava de hun album to baad single karange apan
गाने है ना। जी या सो नवा तो इदा ही है कि दसिया पहला भी मैं कि नवा तो गाना ही बन सकता, होर तो लाइक कुछ नहीं हो सकता। नवा तो एक तो म्यूजिक प्रोड्यूस कर सकते हैं नवी चीज, ताकि हाँ डिफरेंट वेव डिफरेंट स्टाइल डिफरेंट कंपोजिशन यही कर सकते हैं। जी और तो बाकी म्यूजिक वीडियो च तो ओही जो आप करते हैं, ते ऑफ हाँ कोर्स थोड़े नवे टैलेंट आप जरूर प्रमोट करांगे आप लाइक वीडियोग्राफी च, या सो नवे टैलेंट आप लैके आवेंगे छेती दैट्स वेरी वीडियो नाइस। जी। बट एल्बम तो किन्नी की एक्सपेक्टेशन रखनी चाहिए थोड़ी फैंस नो 100% या वो उन्हें भी इदा कि वो एक्सपेक्टेड। जोनर जोनर बनाया गाने दे आपा गाने दे, लाइक एक ट्रैप लिसनर वास्ते ट्रैप गाने भी है गया, एक देसी लिसनर वास्ते देसी गाने भी है गया, सो हिप हॉप वाले वास्ते हिप हॉप वाले गाने भी है गया है ना, रोमांटिक वाले वास्ते रोमांटिक, लाइक ऑल डिफरेंट डिफरेंट आपा चक के गाने पाए हुए हैं टोटली। तो पहला सी सो रोमांटिक हर एक गाना तो जोनर दे एक्सपेक्ट कर सकते हैं राइट। हरमेटिक गाने फॉर श्योर। फिर फर्स्ट आना शायद रोमांटिक आवेगा क्योंकि फेब्रुअरी तो सी रिलीज करूंगे। होप सो दसंगा नहीं कर ओके मैं मैं बड़ा रिवील करवाने की कोशिश कर रही हूँ पर तुझे दस दी नहीं। यार रोमांटिक काइंड ऑफ रोमांटिक, पर कोई नहीं गाना सुन के फिर तुम दस्यो, और नहीं मैं जी दसना जी बहुत ज्यादा एक्साइटमेंट है। एक या नवे कलाकार नू इना उभरते हुए देखना बहुत ही हाँ वधिया जी लगता है। बिल्कुल बहुत सारे आर्टिस्टां दे नाल गल हुंदी रहती है बट जब कोई नवा आर्टिस्ट इना वधिया कर रहा हुंदा है बहुत हाँ जी वधिया लगता है। तुसी पंजाब तो इना दूर हो के भी फिर भी पंजाब दे नाल जुड़े हुए हो एंड तुसी फिर भी उस नू ही प्रमोट कर रहे हो अपनी गीता विच वो बहुत जरूरी जी हुंदा है। एक सब तो जरूरी चीज जेड़ी है कि तुसी की पिछे एक पहचान सारे आर्टिस्ट एक छड़ना चाहते होंगे आ की याद रखें जस्सा ढिल्लों हजे तो थोड़ी शुरुआत हुई है बट तुसी की करना चाहते हो। मैं एक गल पहला भी वैसे पूछी मैं हुई ही करना चाहना कि जो कोई गाना सुने मेरा अज दे गाने बने होने भी लाइक लॉन्ग लॉन्ग टाइम तक जान जाए, तो 10 साल बाद भी कोई गाना सुने हाँ तो गए कि यार दिस वाज सॉन्ग है ना कि बढ़िया एक सॉन्ग है, ते मैनू मैं नहीं चाहता कि मैनू कोई बड़ा पछाने, मैं चाहता कि मेरे गाने लाइक मेरे गाने है ना लोग पसंद करते उन्होंने ही प्यार दें हरियाणवी सॉन्ग भी तुसी रिलीज करोगे। या फॉर श्योर आप हरियाणे दे हाँ ते हरियाणवी गाना भी आप करांगे, काफी डिमांड आउंदी हरियाणवी गाने दी या बढ़िया या लगूगा जी तुसी हाँ जी हाँ हरियाणवी जी सॉन्ग मैनू हरियाणवी आउंदी है बोलनी बढ़िया कोई चक्कर नहीं जी मैनू बोलनी नहीं आउंदी नहीं तो मैं कोई ना कोई सवाल हरियाणवी दे विच भी पूछ लेना सी। हाँ जी हाँ जी, पर अपनी फर्स्ट लैंग्वेज पंजाबी है ना, पंजाबी दे गाने जी आपां करने करने हैं, सो हरियाणवी भी आपां उत्थे जम्मे पले हां, सो उत्थे एटमॉस्फेयर ते भी आपां जरूर कुछ ना कुछ बनावांगे दैट्स वेरी नाइस वेरी या नाइस। जैसा ऑब्वियसली इंडस्ट्री बहुत ज्यादा क्वाइट रही है हाँ बहुत जी ज्यादा क्वाइट रही है बहुत घट गीत आए ने बहुत इफेक्ट पे आया है क्योंकि जेडे शोज से वो सारे पोस्टपोन हो गए सी। थोनू या किना इफेक्ट पे आया इस गल का क्योंकि ऑफ कोर्स गीत तो तुसी फिर भी रिलीज कर सकते हो हाँ जी बट किते ना किते इफेक्ट जरूर पैंदा है क्योंकि आपा लाइव शोज नहीं ला सकते आपा बाहर जा नहीं सकते शूट्स दी थोड़ी प्रॉब्लम पे सी। या शूट करने च भी प्रॉब्लम आई सी शुरू शुरू च, फिर तां कम हो गया सी कि हाँ हुण आपां कर सकदे हां शूट, क्योंकि गवर्नमेंट ने फिर परमिशन देती सी थोड़ा बहुत अंदर बाहर जाने दी, एक बारी काफी स्ट्रिक्ट करता सी राइट जी। या ते शो दी भी सारा नु कल्ले मेनू नहीं सारी इंडस्ट्री नु ही चक्कर वी आया था, ते हां शो आपां मिस करदे हां कि 2019 ਦੇ ਵਿੱਚ ਹੀ ਪਰਫਾਰਮ ਕਰਨਾ ਸੀ ਆਪਾਂ ਤਾਂ ਜਦੋਂ ਫਸਟ ਗਾਣਾ ਆਇਆ ਸੀ ਤੇ ਉਦੋਂ ਇਹ ਚੱਕਰ ਪੈ ਗਿਆ, ਸੋ ਮਿਸ ਕਰਦਾ ਮੈਂ ਕਿ ਹੋਣਾ ਚਾਹੀਦਾ ਸੀ 2020 ਵਧੀਆ, ਬਟ ਚਲੋ ਜਿੱਦਾਂ ਵੀ ਹੁਣ ਜੀ। ਨਵੇਂ ਯਾ ਹਾਂ ਆਰਟਿਸਟ ਜਿਹੜੇ ਹੋਰ ਵੀ ਆ ਰਹੇ ਨੇ ਜਿਹੜੇ ਤੁਸੀਂ ਸੁਣਦੇ ਹੋ ਜਾਂ ਫਿਰ ਜੀ ਹਾਂ ਕਿਹਨਾਂ ਨੂੰ ਜੀ ਸੁਣਦੇ ਹੋ ਕਿਹੜੇ ਗੀਤ ਤੁਸੀਂ ਅੱਜ ਕੱਲ੍ਹ ਸੁਣ ਰਹੇ ਹੋ ਆਪਣੇ ਗੀਤਾਂ ਤੋਂ ਇਲਾਵਾ ਕਿਹੜੇ ਗੀਤ ਸੁਣ ਰਹੇ ਹੋ। ਮੈਂ ਸਾਰੇ ਗਾਣੇ ਸੁਣਦਾ ਜੀ ਜਿੰਨੇ ਆਪਣੇ ਗਾਣੇ ਆਉਂਦੇ ਆ, ਮੈਨੂੰ ਵਧੀਆ ਗਾਣਾ ਲੱਗਣਾ ਚਾਹੀਦਾ, ਮੈਂ ਕੋਈ ਆਰਟਿਸਟ ਨੂੰ ਪ੍ਰੈਫਰ ਨਹੀਂ ਕਰਦਾ ਇਦਾਂ ਕੋਈ कि ਜੀ हाँ आर्टिस्ट कोई, क्योंकि मैं गाने गाना ही वड्डा हुंदा, सो मैं गाने सुनदा, मैं गाना कोई आर्टिस्ट कुछ ओदा नहीं छोटे प्रेफरेंस छोटे है नहीं तो जिदा सुनदे आए हो कोई आर्टिस्ट हो जाया क्योंकि सारिया दा कोई ना कोई सारे जिन्ने भी पंजाबी आर्टिस्ट आ मैं सारे सुने हुए हैं जी, जी जिन्ने भी ऑलमोस्ट निक्के तो लैके वड्डा आर्टिस्ट सारे सुने हुए हैं या दैट्स वेरी या नाइस वेरी नाइस। जैसा ऑब्वियसली आप बहुत सारी गल्लां कर ली हैं बट हाँ जी जरूर जानना चाहूंगी कि सब तो मेन चीज जिन्हों तुसी अहमियत दिने हो अपनी करियर दे विच वो केड़ी चीज है केड़ी चीज नो तुसी सोच के चलोगे कि जे मैं कुछ प्रोड्यूस करना तो उसका आउटकम यही होगा।
मैं चाहना कि मेरे गाने दिया है ना कंपोजर डिफरेंट होन ते लाइक लिरिक्स भी इदा होन कि हाँ लाइक सुनता बंदा कहे कि हाँ लाइक समथिंग एल्स ते ज्यादा मैं फोकस कंपोज से ज्यादा करता हूँ क्योंकि कंपोज जेड़ा बंदा गाना इदा हुंदा कि कई लिरिक्स हो जाते हैं है ना थले बट वो गाने की कंपोज इन्नी वधिया होंगी है कि हर बंदा उन्होंने गुनगुना सकता हर बंदा उन्होंने फील ले सकता सो मेन कंपोज होंगी है सो कंपोज तो ही हाँ जी हाँ जी 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 बोलो बोलो नहीं कोई नहीं मैं तुसी तो बोलो ये मेरी पार्टी करते हैं इतनी इंटरव्यू आई भी लग चुकी है वैसे। एक चीज मैं जरूर पूछना हाँ जी चाहूंगी, यूके दी जिहड़ी भंगड़ा इंडस्ट्री है बहुत ज्यादा जरूरी होंगी है हर एक आर्टिस्ट के लिए। एंड हाँ जी हाँ जी शायद मैं यूके तो बिलोंग करती हूँ, शायद मैं बायस्ड शायद कितने हो जानी है यूके इंडस्ट्री में लेके, पर ये चीज आप डिनाई नहीं कर सकते कि जो यूके भंगड़ा म्यूजिक इंडस्ट्री है उसने भंगड़े म्यूजिक को एक डिफरेंट लेवल पे लेके गए ने। थोड़े लिए यूके भंगड़ा ऑडियंस लिए की आवेगा? आर यू गोना डू समथिंग अबाउट यूके स्टाइल एज वेल? मैंने यूके स्टाइल काफी पसंद है मैं बहुत ज्यादा गाने सुने हैं यूके स्टाइल निके होंदे तो हुण तक लै के तुहाडे उत्थे काफी आर्टिस्ट आ जिहड़े लाइक अंडरग्राउंड ओह ही सुनदा मैं जी। सो यूके स्टाइल दे विच वी लै के आवांगे आपां एक गाना हैगा शायद इन दे विच यूके स्टाइल भी हैगा गाने दे या Oh, that's very nice, एल्बम very दे विच सो यूके स्टाइल आपां जरूर लै के आवांगे वधिया लगदे आ क्योंकि ओही एक मेन अद्दा ना कि उहदे च लाइक जिहड़ा आपणा इंटरनेशनल म्यूजिक भी थोड़ा जिहा विच हुंदा है ना यूके स्टाइल च जी ਉਹਨਾਂ ਨਾਲ ਵੱਧ ਫੀਲ ਹੁੰਦੀ ਆ ਸੋ ਮੈਨੂੰ that's ਪਸੰਦ ਆ ਪੱਕਾ ਕਰਾਂਗੇ ਆਪਾਂ ਯੂਕੇ ਸਟਾਈਲ ਵੀ ਹੋਰ ਵੀ ਤੇ ਇਹਦੇ ਚ ਵੀ ਹੈਗਾ ਗਾਣਾ ਇੱਕ definitely, that's very nice to hear. So ਹਾਂਜੀ thank you so much, जैसा कि तुसी आज साडे नाल लाइव आए हो, आई नो कि माहौल थोड़ा जा खराब, थोड़ा नहीं कह सकते बहुत खराब चल रहा सी, या फिर भी तुसी मन्ने हो कि साडे नाल लाइव आना सी। सो थैंक यू हाँ जी सो हाँ जी मच। आई मीन मेरा तो जी करता कि मैं होर एक गीत दी फरमाइश कर लां, बट आई डोंट नो जे तुसी मन्नोगे। कोई गल नहीं जी बाकी मेरा भी बहुत बढ़िया लगा तेरे नाल गल करके जी सो मैं भी थैंक्स करदा सारेयां दा जिन्ने भी लाइक अपने लाइव च देखना है सानू जी सो कुछ सारेयां कहना धन्यवाद एक चाहोगे बारी अपने फिर फैंस नू, इस तो पहला कि असी थोनू जान दिए, कुछ अपने फैंस नू कहना चाहोगे या फिर देखने वाले नू? फैंस नू यही कहना चाहवांगा कि मेरी सब तो हुण मेन चीज आउंदी पई है एल्बम जी सो एल्बम नू प्यार करियो एल्बम नू ਮੈਨੂੰ ਮੈਂ ਆਪਣੇ ਵੱਲੋਂ ਇੱਕ ਪੋਜ਼ਿਟਿਵ ਵਾਈਬ ਹੁੰਦੀ ਆ ਹਨਾ ਸੋ ਉਹ ਜੀ ਮੇਰੇ ਚ ਜੀ ਪੂਰੀ ਪੋਜ਼ਿਟਿਵ ਵਾਈਬ ਐਲਬਮ ਲੈ ਕੇ ਤੇ ਵਧੀਆ ਲੱਗਣੀ ਸਾਰਿਆਂ ਨੂੰ ਸੋ ਖਿੱਚ ਕੇ ਰੱਖ ਦਿਓ ਮੇਰੇ ਮਿੱਤਰੋ ਬਸ ਇਹੀ ਹੈ ਮੇਰਾ ਦਇਆ ਤੁਹਾਨੂੰ ਬਹੁਤ ਸਾਰੀਆਂ ਵਿਸ਼ੇਸ ਆਲ ਦ ਵੇ ਫਰੋਮ ਯੂਕੇ ਤੇ ਯੂਕੇ ਦੀ ਸਾਰੀ ਹੀ ਆਡੀਅੰਸ ਵੱਲੋਂ ਤੁਹਾਨੂੰ ਹਾਂ ਬਹੁਤ ਜੀ ਹਾਂ ਜੀ ਸਾਰੀਆਂ ਵਿਸ਼ੇਸ। ਉਮੀਦ ਕਰਦੇ ਹਾਂ ਕਿ ਜਿਹੜੀ ਐਲਬਮ ਹੈ ਜਿੰਨਾ ਯਾ ਬਾਕੀ ਗੀਤਾਂ ਨੂੰ ਅਪਣਾਇਆ ਗਿਆ ਉਦਾਂ ਹੀ ਐਲਬਮ ਨੂੰ ਅਪਣਾਇਆ ਜਾਵੇ, ਤੇ ਵੀ ਵਿਸ਼ ਯੂ ਦ ਬੈਸਟ ਫੋਰ ਐਵਰੀਥਿੰਗ ਯੂ ਪ੍ਰੋਡਿਊਸ, ਬਿਕੋਜ਼ ਗੀਤ ਸੱਚੀ ਹੀ ਬਹੁਤ ਵਧੀਆ ਹੁੰਦੇ ਨੇ, ਬਹੁਤ ਇੰਜੋਏ ਕਰਦੇ ਆ ਤੇ ਸੁਣਨ ਦਾ ਫੇਰ ਮਨ ਕਰਦਾ ਹੈ ਰਿਪੀਟ ਤੇ। ਸੋ ਸਭ ਤੋਂ ਜੀ ਮੇਨ ਗੱਲ ਇਹ ਹੁੰਦੀ ਆ, ਤੇ ਦੈਟਸ ਅਬਾਊਟ ਇਟ। ਸੋ ਥੈਂਕ ਯੂ ਸੋ ਮਚ ਜਸਾ, ਆਈ ਰੀਲੀ ਵਿਸ਼ ਯੂ ਆਲ ਦ ਬੈਸਟ ਐਂਡ ਥੈਂਕ ਯੂ ਫੋਰ ਕਮਿੰਗ ਲਾਈਵ। ਮੈਨੂੰ ਤਾਂ ਲੱਗਾ ਹੋਰ ਲੰਬਾ ਚੱਲੂਗਾ ਲਾਈਵ ਤੁਹਾਡੀ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਗੱਲਾਂ ਕਰ ਸਕਦੇ ਹਾਂ ਹੋਰ ਵੀ। ਮਰਜ਼ੀ ਆ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਸੋ ਮੈਂ ਵੀ ਸਾਰਿਆਂ ਦਾ ਹੁਣ ਲਾਸਟ ਵਾਰੀ ਇੱਕ ਵਾਰੀ ਧੰਨਵਾਦ ਕਰਦਾ ਜੀ ਤੇ ਜੀ ਬਹੁਤ ਚੰਗਾ ਜੀ ਲੱਗਾ ਤੁਸੀਂ ਤੁਹਾਡੇ ਨਾਲ ਗੱਲ ਇੱਥੇ ਕਰਕੇ ਯੂਕੇ ਆਓ ਐਂਡ ਯੂਕੇ ਆ ਕੇ ਫਿਰ ਤੁਸੀਂ ਇੱਕ ਪ੍ਰੋਪਰ ਆਪਾਂ ਸੈਟਅਪ ਯੂਕੇ ਕਰਾਂਗੇ ਦੀ ਫਿਰ। ਸਾਡਾ 2020 ਚ ਸੀਗਾ ਪਲਾਨ ਪ੍ਰੋਪਰ ਸਾਰਾ ਕੁਝ ਪਲਾਨ ਬਣਿਆ ਬਣਾਇਆ ਆਪਾਂ 19 ਚ ਪਲਾਨ ਕਰ ਲਿਆ ਸੀ 2020 ਦੇ ਵਿੱਚ ਆਪਾਂ ਯੂਕੇ ਜਾਣਾ ਇਦਾਂ ਦਾ ਕਿਉਂਕਿ ਸ਼ੋਅ ਵਗੈਰਾ ਕਰਕੇ ਹਨਾ ਜੀ, ਸਾਰਾ ਲੋਕਡਾਊਨ ਨੇ ਪ੍ਰੀ ਵੀ ਪਲਾਨ ਸਾਨੂੰ ਸੀ ਬਸ ਥੋੜਾ ਲੋਕਡਾਊਨ ਨੇ ਥੋੜਾ ਜਿਹਾ ਡਿਸਟਰਬ ਕਰਤਾ ਕੋਈ ਨਹੀਂ ਆਪਾਂ ਐਕਸਪੈਕਟ ਆਏ ਤਾਂ ਕਰੀਏ ਡਿਗਣ ਸਿੱਧਾ ਛੇਤੀ ਤੁਹਾਨੂੰ, ਛੇਤੀ ਸਾਡੀ ਸਾਰੀ ਟੀਮ ਨੂੰ ਅਸੀਂ ਐਕਸਪੈਕਟ ਕਰੀਏ ਯੂਕੇ ਦੇ ਵਿੱਚ ਜਲਦੀ। ਹਾਂਜੀ ਹਾਂਜੀ That's good. So thank you. So I mean, I can go on and on, but I'm ओके really excited for the album. And thank you so much to your management team as well. Nav nu bahut bahut dhanwad jinhane ye organize karwaya sade layi. So thank you so much to you and everybody. ओके थैंक यू सो मच Thank you, Jasa. Okay, you have a lovely day. ओके यू टू Bye bye. Take care.